ਹੈਲੋ ਫਰੈਂਡਸ ਗਿਲਜ਼ ਮੈਂਟਰ ای-ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ 10 ਜਨਵਰੀ ਹੈ ਤੇ ਆਪਾਂ ਰੈਡੀ ਹਾਂ ਆਪਣੇ ਕੰਟੈਂਫਰਸ ਸੈਸ਼ਨ ਦੇ ਨਾਲ ਸੰਡੇ ਹੈ ਵੀਕਲੀ ਕੰਟੈਂਫਰਸ ਕਲਾਸ ਹੈ ਆਪਣੀ ਅੱਜ ਤਾਂ ਵੀਕਲੀ ਕੰਟੈਂਫਰਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਦੇ ਹੁੰਨੇ ਆਂ ਪੂਰੇ ਵੀਕ ਦੇ ਇੰਪੋਰਟੈਂਟ ਕੰਟੈਂਫਰਸ ਜਿਨ੍ਹਾਂ ਨੂੰ ਆਪਾਂ ਇੱਕ ਇੰਟਰਐਕਟਿਵ ਵੇ ਦੇ ਨਾਲ ਡਿਸਕਸ ਕਰਦੇ ਆਂ ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿਓ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ WhatsApp Telegram Facebook ਜਿੱਥੇ ਵੀ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰ ਦਿਓ ਸਟਾਰਟ ਕਰਾਂਗੇ ਸੈਸ਼ਨ ਸਭ ਤੋਂ ਪਹਿਲੇ IBPS RRB JE ਪੰਜਾਬ ਪੰਜਾਬ ਪੁਲਿਸ SI ਔਰ ਪਟਵਾਰੀ ਦੇ ਲਈ ਬੈਚਸ ਲਾਂਚ ਕੀਤੇ ਜਾ ਚੁੱਕੇ ਨੇ ਚਾਹੋ ਤਾਂ انرੋਲ ਕਰਵਾ ਸਕਦੇ ਹੋ انرੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਤੇ ਜਾਂ ਫਿਰ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੋਰ ਵੀ ਕਿਸੇ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਨੂੰ ਅਗਰ ਤੁਸੀਂ ਅਵੇਲ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਐਪਲੀਕੇਸ਼ਨ ਜਾਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ चैनल में फर्स्ट टाइम विजिट कर रहे हो चैनल में सबसक्राइब जरूर कर लो और वीडियोज़ में लाइक एंड शेयर जरूर कर दौ दे। कंटेंट्स देख लें सब तो पहले आप डिस्कस करेंगे मिसलेनियस न्यूज़ बाद इनो इनोग्रेस जिन्हें भी इस वीक के गईं इम्पोर्टेंट मीटिंगस इंपोर्टेंट रैंकिंग डिस्कस करा एग्रीमेंट्स और स्कीम्स भी डिस्कस करा इस अलावा इम्पोर्टेंट अवार्डस इंपोर्टेंट डेज लेटैसट अपॉइंटमेंट्स और स्पोर्ट्स न्यूज सैशन के डिस्कस करा ਠੀਕ ਹੈ ਸਾਰੀ ਨਿਊਜ਼ ਨੂੰ ਅਲੱਗ-ਅਲੱਗ ਕਰਕੇ ਡਿਸਕਸ ਕਰਾਂਗੇ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ ਮਿਸਲੀਨੀਅਸ ਨਿਊਜ਼ ਦੇ ਨਾਲ ਮਿਸਲੀਨੀਅਸ ਨਿਊਜ਼ ਦੇ ਵਿੱਚ ਸਭ ਤੋਂ ਫਰਸਟ ਨਿਊਜ਼ ਸੀ ਆਪਣੀ ਕਿ ਆਸਟ੍ਰੇਲੀਆ ਦੁਆਰਾ ਆਸਟ੍ਰੇਲੀਆ ਦੁਆਰਾ ਕੀ ਕੀਤਾ ਗਿਆ ਸੀ ਨੈਸ਼ਨਲ ਐਂਥਮ ਨੈਸ਼ਨਲ ਐਂਥਮ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਚੇਂजेस ਕੀਤੇ ਗਏ ਨੇ ਤਾਂ ਨੈਸ਼ਨਲ ਐਂਥਮ ਦੇ ਵਿੱਚ ਕੀ ਚੇਂਜ ਕੀਤਾ ਗਿਆ ਸਿਰਫ ਇੱਕ ਸਿੰਗਲ ਵਰਡ ਯੰਗ ਦੀ ਜਗ੍ਹਾ ਤੇ ਵਨ ਕੀਤਾ ਗਿਆ ਨੈਸ਼ਨਲ ਉਹਨਾਂ ਦੇ ਨੈਸ਼ਨਲ ਐਂਥਮ ਦੇ ਵਿੱਚ ਇੱਕ ਲਾਈਨ ਹੈ ਫੋਰ ਵੀ ਆਰ ਯੰਗ ਐਂਡ ਫਰੀ ਇਸ ਨੂੰ ਚੇਂਜ ਕਰਕੇ ਫੋਰ ਵੀ ਆਰ 1 ਐਂਡ 3 ਕੀਤਾ ਗਿਆ ਠੀਕ ਹੈ ਜੀ ਇਸ ਨੂੰ ਕਿੰਨਾ ਦੁਆਰਾ ਲਿਖਿਆ ਗਿਆ ਸੀ ਕੰਪੋਜ਼ ਕੀਤਾ ਗਿਆ ਸੀ ਪੀਟਰ ਡੋਰਸ ਮੈਕਾਡਮਿਕ ਦੁਆਰਾ ਔਰ ਇਸ ਨੂੰ 1984 ਦੇ ਵਿੱਚ ਅਡਾਪਟ ਕੀਤਾ ਗਿਆ ਸੀ ਠੀਕ ਹੈ ਜੀ ਯਾ ਰੱਖਾਂਗੇ ਨੈਕਸਟ ਹੈ ਸੈਂਟਰਲ ਡਰੱਗਸ ਔਰ ਸਟੈਂਡਰਡ ਕਮੇਟੀ ਨੇ ਕੀ ਕੀਤਾ ਅਪਰੂਵਲ ਦਿੱਤੀ ਸੀ ਕੋਵੀ ਸ਼ੀਲਡ ਕੋਵੀ ਸ਼ੀਲਡ ਵੈਕਸੀਨ ਨੂੰ ਜੋ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਬਣਾਈ ਗਈ ਔਰ ਆਕਸਫੋਰਡ ਦੀ ਐਸਟਰਾਜੇਨੇਕਾ ਵੈਕਸੀਨ ਦੇ ਬੇਸਿਸ ਤੇ ਇਸ ਨੂੰ ਬਣਾਇਆ ਗਿਆ ਸੀ ਇਸ ਤੋਂ ਇਲਾਵਾ ਦੂਸਰੀ ਵੈਕਸੀਨ ਸੀ ਕੋਵੈਕਸੀਨ ਕੋਵੈਕਸੀਨ ਜੋ ਕਿ ਭਾਰਤ ਬਾਇਓਟੈਕ ਹైదరాబాద్ ਦੁਆਰਾ ਬਣਾਈ ਗਈ ਹੈ ਅਸਮ ਗਵਰਨਮੈਂਟ ਦੀ ਗੱਲ ਕਰਦੇ ਹਾਂ ਅਸਮ ਗਵਰਨਮੈਂਟ ਦੁਆਰਾ ਫਿਸ਼ਿੰਗ ਬੈਨ ਕੀਤੀ ਗਈ ਹੈ ਦੀਪੋਰ ਬੀਲ ਦੀਪੋਰ ਬੀਲ ਫਰੈਸ਼ ਵਾਟਰ ਲੇਕ ਦੇ ਵਿੱਚ ਡਾਇਰੈਕਟਲੀ ਪੁੱਛਿਆ ਜਾਏਗਾ ਦੀਪੋਰ ਬੀਲ ਫਰੈਸ਼ ਵਾਟਰ ਲੇਕ ਕਿੱਥੇ ਹੈ ਤਾਂ ਇਹ ਅਸਮ ਦੇ ਵਿੱਚ ਹੈ ਜਿਸ ਨੂੰ ਰਾਮਸਰ ਸਾਈਟ ਬਣਾਇਆ ਗਿਆ ਸੀ 2002 ਦੇ ਵਿੱਚ ਸੈਂਟਰਲ ਗਵਰਨਮੈਂਟ ਦੁਆਰਾ ਨੋਟੀਫਿਕੇਸ਼ਨ ਪਾਸ ਕੀਤੀ ਗਈ ਹੈ ਟੂ ਡਿਕਲੇਅਰ ਈਕੋ ਸੈਂਸਿਟਿਵ ਜ਼ੋਨ ਮਾਥੀ ਕੇਟਨ ਸ਼ੋਲਾ ਨੈਸ਼ਨਲ ਪਾਰਕ ਕਿੱਥੇ ਹੈ ਕੇਰਲਾ ਦੇ ਵਿੱਚ ਹੈ ਇਸ ਦੇ ਨਜ਼ਦੀਕੀ ਏਰੀਆਜ਼ ਨੂੰ ਈਕੋ ਸੈਂਸਿਟਿਵ ਜ਼ੋਨ ਡਿਕਲੇਅਰ ਕੀਤਾ ਗਿਆ ਇਸ ਤੋਂ ਇਲਾਵਾ ਪੋਂਗ ਡੈਮ ਸੈਂਚਰੀ ਡਾਇਰੈਕਟ ਪੁੱਛੀ ਜਾਏਗੀ ਕਿੱਥੇ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਅਤੇ ਕਾਫੀ ਜ਼ਿਆਦਾ ਮਾਈਗ੍ਰੇਟਰੀ ਬਰਡਸ ਦੀ ਡੈਥ ਹੋ ਰਹੀ ਹੈ ਸ਼ੋਲ ਪਾਮੇਸ਼ਵਰ ਵਾਈਲਡਲਾਈਫ ਸੈਂਚਰੀ ਸ਼ੂਲ ਪਾਮੇਸ਼ਵਰ ਵਾਈਲਡਲਾਈਫ ਸੈਂਚਰੀ ਕਿੱਥੇ ਹੈ ਪੁੱਛੀ ਜਾਏਗੀ ਤਾਂ ਨਰਮਦਾ ਡਿਸਟ੍ਰਿਕਟ ਗੁਜਰਾਤ ਦੇ ਵਿੱਚ ਹੈ ਠੀਕ ਹੈ ਇੱਥੇ ਕੁਝ ਏਰੀਆਜ਼ ਬੇਸਿਕਲੀ ਇਸ ਕਰਕੇ ਨਿਊਜ਼ ਦੇ ਵਿੱਚ ਕੁਝ ਏਰੀਆਜ਼ ਨੂੰ ਨੋਨ ਇਕੋਸੈਂਸਿਟਿਵ ਡਿਕਲੇਅਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਿਸ ਦੇ ਲਈ ਫੇਮਸ ਹੈ 슬ੌਥ ਬੀਅਰਸ ਦੇ ਲਈ ਫੇਮਸ ਹੈ ਸੂਲ ਪਰਮੇਸ਼ਵਰ ਵਾਈਲੈਸ ਸੈਂਚਰੀ ਜਲ ਮਹਿਲ ਲੇਕ ਜੈਪੁਰ ਰਾਜਸਥਾਨ ਦੇ ਵਿੱਚ ਹੈ ਔਰ ਇੱਥੇ ਵੀ ਬਰਡ ਫਲੂ ਦੇ ਕੇਸਿਸ ਦੇਖੇ ਜਾ ਰਹੇ ਨੇ ਠੀਕ ਹੈ ਜੀ ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ ਬਰਡ ਫਲੂ ਦੇ ਕੇਸਿਸ ਦੇਖੇ ਜਾ ਰਹੇ ਨੇ ਅਗਰ ਆਪਾਂ ਗੱਲ ਕਰਦੇ ਹਾਂ ਰੀਸੈਂਟਲੀ ਹਰਿਆਣਾ ਦੇ ਵਿੱਚ ਵੀ ਦੇਖੇ ਗਏ ਨੇ ਕੱਲ ਦੇ ਸੈਸ਼ਨ ਦੇ ਵੀ ਡਿਸਕਸ ਕਰਾਂਗੇ ਆਪਾਂ ਨੈਕਸਟ ਕਜ਼ਾਕਿਸਤਾਨ ਕਜ਼ਾਕਿਸਤਾਨ ਦੁਆਰਾ ਡੈਥ ਪੈਨਲਟੀ ਨੂੰ ਸਕ੍ਰੈਪ ਕੀਤਾ ਗਿਆ ਬੰਦ ਕੀਤਾ ਗਿਆ ਠੀਕ ਹੈ ਜੀ ਕਿਹੜੀ ਕੰਟਰੀ ਦੁਆਰਾ ਡੈਥ ਪੈਨਲਟੀ ਨੂੰ ਬੰਦ ਕੀਤਾ ਗਿਆ ਕਜ਼ਾਕਿਸਤਾਨ ਕੈਪੀਟਲ ਨੂਰ ਸੁਲਤਾਨ ਕਰੰਸੀ ਟੈਂਗੇ ਚਲਦੀ ਯੂਕੇ ਦੁਆਰਾ ਟੈਂਪੋਨ ਟੈਕਸ ਨੂੰ ਬੰਦ ਕੀਤਾ ਗਿਆ ਅਬੋਲਿਸ਼ ਕੀਤਾ ਗਿਆ ਅਰਜنٹੀਨਾ ਦੁਆਰਾ ਅਰਜنٹੀਨਾ ਦੁਆਰਾ ਅਬੋਰਸ਼ਨ ਨੂੰ ਅਬੋਰਸ਼ਨ ਨੂੰ ਲੀਗਲਾਈਜ਼ ਕੀਤਾ ਗਿਆ ਲੀਗਲਾਈਜ਼ ਕੀਤਾ ਗਿਆ ਅਰਜنٹੀਨਾ ਦੁਆਰਾ ਅਰਜنٹੀਨਾ ਕੈਪੀਟਲ ਬੀਨੋ 에यर्स ਕਰੰਸੀ ਪੀਸੋ ਚਲਦੀ ਹੈ ਨੈਕਸਟ ਹੈ ਯੂ ਐਸ اے ਯੂ ਐਸ اے ਦੇ ਵਿੱਚ ਇੱਕ ਪ੍ਰੋਟੈਸਟ ਚੱਲਿਆ ਸੀ ਕੁਝ ਦਿਨ ਕੈਪੀਟਲ ਪ੍ਰੋਟੈਸਟ ਕੈਪੀਟਲ ਪ੍ਰੋਟੈਸਟ ਡਾਇਰੈਕਟਲੀ ਕੀਵਰਡ ਇੰਪੋਰਟੈਂਟ ਰਹੇਗਾ ਕਿ ਕੈਪੀਟਲ ਪ੍ਰੋਟੈਸਟ ਕਿਹੜੀ ਕੰਟਰੀ ਦੇ ਵਿੱਚ ਹੋਇਆ ਸੀ ਤਾਂ ਯੂ ਐਸ اے ਦੇ ਵਿੱਚ ठीक है बेसिकली डिटेल इंपोर्टेंट नहीं बनेगी हालांकि डिस्कस कर लेने कि प्रेसिडेंट डोनाल्ड ट्रंप के सपोर्टर्स द्वारा इतने प्रोटेस्ट किया गया इलैक्शन लैके याद करेक्सट चलते हैं इंपोर्टेंट इनोग्रेसल इनोग्रेस के सब तो पहले प्राइम मिनिस्टर नरेंद्र मोदी द्वारा फाउंडे स्टोन रखा गया छे लाइट हाउस प्रोजैक्ट्स का छे लाइट हाउस प्रोजैक्ट कितने रखे गए यह रखे गए डिफरेंट डिफरेंट छे सिटीज़ के छे की इंपोर्टेंट रहन इंदौर एम पी રાજકોટ ગુજરાત ચેન્નાઈ તમિલનાડુ રાંચી ઝારખંડ અગરતલા ત્રિપુરા ઓર લખનઉ યુપી ਇਹ 6 સિટીઝ ਨੇ ਜਿਹੜੀਆਂ ਇਹ 6 સિટીઝ ਨੇ ਇਹਨਾਂ ਨੂੰ ਦੇ ਵਿੱਚ ਫਾਊਂਡੇਸ਼ਨ ਸਟੋਨ ਰੱਖੇਗੇ ਠੀਕ ਹੈ ਜੀ ਬੇਸਿਕલી ਜਿਹੜੇ ਹਾਊਸਿਸ ਬਣਾਏ ਜਾ ਰਹੇ ਨੇ ਅਕੋਰਡਿੰਗ ਟੂ ਦਾ ਕੰਸਟਰਕਸ਼ਨ ਪ੍ਰੈਕਟਿਸਿਸ ਆਫ ਫਰਾਂਸ ਜਰਮਨੀ ਐਂਡ ਕੈਨੇਡਾ ਨੈਕਸਟ ਫੈਮਸਟਨ ਨરેન્દ્ર મોદી ਦੁਆਰਾ ਹੀ ਆਇਆਮ ਸੰਬਲਪੁਰ ਦਾ ਵੀ ਫਾਊਂਡੇਸ਼ਨ ਸਟੋਨ ਰੱਖਿਆ ਗਿਆ 오ਡੀਸਾ ਦੇ ਵਿੱਚ मुंबई एयरपोर्ट अथॉरिटी द्वारा एक एप्लीकेशन लॉन्च की गई जाया है जीवे के म्यूजियम के लिए जाया है जीवे के म्यूजियम जो कि छत्रपति शिवाजी एयरपोर्ट का हिस्सा है यानी कि मुंबई एयरपोर्ट का हिस्सा है ओड़िशा ओड़िशा द्वारा मेमोरियल अनाउंस किया गया बनाया जाएगा कोविड वॉरियर्स वॉरियर महाराष्ट्र महाराष्ट्र के डिप्टी चीफ मिनिस्टर अजीत पवार द्वारा भामा अक्षद डैम वाटर सप्लाई स्कीम भामा अक्षद ਡੈਮ ਵਾਟਰ ਸਪਲਾਈ ਸਕੀਮ ਲਾਂਚ ਕੀਤੀ ਗਈ ਹੈ ਪੂਨੇ ਦੇ ਵਿੱਚ ਵੈਲੋਰ ਪੋਸਟਲ ਡਿਪਾਰਟਮੈਂਟ ਤਾਮਿਲਨਾਡੂ ਦੇ ਵੈਲੋਰ ਪੋਸਟਲ ਡਿਪਾਰਟਮੈਂਟ ਦੁਆਰਾ ਫਿਲਾਟਲੀ ਪਾਰਕ ਬਣਾਇਆ ਗਿਆ ਫਿਲਾਟਲੀ ਪਾਰਕ ਬਣਾਇਆ ਗਿਆ ਬੱਚਿਆਂ ਦੇ ਲਈ ਅਸਮ ਚੀਫ ਮਿਨਿਸਟਰ ਸਰਬਨੰਦ ਸੈਨੋਵਾਲ ਦੁਆਰਾ ਇਨੋਗਰੇਟ ਕੀਤੀ ਗਈ ਰੀਵਰ ਬ੍ਰਹਮਪੁੱਤਰ ਮੁਕਤਾ ਬ੍ਰਹਮਪੁੱਤਰ ਮੁਕਤਾ ਇੱਕ ਕਰੂ ਸਰਵਿਸ ਬ੍ਰਹਮਪੁੱਤਰ ਮੁਕਤਾ ਦੇ ਨਾਮ ਤੋਂ ਸ਼ੁਰੂ ਕੀਤੀ ਗਈ ਡਿਬਰੂਗੜ ਦੇ ਵਿੱਚ ਯੂਨੀਅਨ ਕੈਬਨਿਟ ਦੁਆਰਾ ਕੰਸਟਰਕਸ਼ਨ ਅਪਰੂਵਲ ਦਿੱਤੀ ਗਈ ਹੈ ਮਲਟੀ ਮੋਡਲ ਲੌਜਿਸਟਿਕ ਔਰ ਟ੍ਰਾਂਸਪੋਰਟ ਹਬ ਦੇ ਲਈ ਨੌਇਡਾ ਦੇ ਵਿੱਚ ਨੌਇਡਾ ਦੇ ਵਿੱਚ ਕੀ ਬਣਾਇਆ ਜਾ ਰਿਹਾ ਹੈ ਮਲਟੀ ਮੋਡਲ ਲੌਜਿਸਟਿਕ ਐਂਡ ਟ੍ਰਾਂਸਪੋਰਟ ਹਬ ਪ੍ਰੈਮਿਸਟਰ ਨਰੇਂਦਰ ਮੋਦੀ ਦੁਆਰਾ ਕੋਚੀ ਮੈਂਗਲੂਰੂ ਨੇਚਰਲ ਗੈਸ ਪਾਈਪਲਾਈਨ ਕੋਚੀ ਮੈਂਗਲੂਰੂ ਨੇਚਰਲ ਗੈਸ ਪਾਈਪਲਾਈਨ ਨੂੰ ਇਨੌਗਰੇਟ ਕੀਤਾ ਗਿਆ ਜੋ ਕਿ ਕੇਰਲਾ ਨੂੰ ਕਰਨਾਟਕਾ ਦੇ ਨਾਲ ਯਾਨੀ ਕਿ ਕੋਚੀ ਨੂੰ ਮੈਂਗਲੂਰੂ ਦੇ ਨਾਲ ਕਨੈਕਟ ਕਰਦੀ ਹੈ ਵਨ ਨੇਸ਼ਨ ਵਨ ਗੈਸ ਗ੍ਰਿਡ ਇਨੀਸ਼ੀਏਟਿਵ ਡੈਂਡਰ 450 ਕਿਲੋਮੀਟਰ ਦੀ ਪਾਈਪਲਾਈਨ ਹੈ ਗੇਲ ਦੁਆਰਾ ਗੇਲ ਦੁਆਰਾ ਬਣਾਈ ਗਈ ਹੈ ਗੇਲ 1984 ਦੇ ਵਿੱਚ ਬਣਾਇਆ ਗਿਆ ਸੀ ਨਿਊ ਦਿੱਲੀ ਦੇ ਵਿੱਚ ਹੈਡਕੁਆਟਰ ਹੈ ਔਰ ਮਨੋਜ ਜੈਨ ਗੇਲ ਦੇ ਹੈਡ ਨੇ ਟੈਸਲਾ ਦੁਆਰਾ ਵਰਲਡ ਦੀ ਲਾਰਜੈਸਟ ਸੁਪਰਚਾਰਜ ਸਟੇਸ਼ਨ ਬਣਾਇਆ ਗਿਆ ਸ਼ੇਂਘਾਈ ਚਾਈਨਾ ਦੇ ਵਿੱਚ ਇਹਨਾਂ ਦੁਆਰਾ ਹੀ ਕੈਲੀਫੋਰਨੀਆ ਦੇ ਵਿੱਚ ਵੀ 56 ਚਾਰਜਿੰਗ ਸਟਾਲ ਸੁਪਰਚਾਰਜਰ ਸਟੇਸ਼ਨ ਬਣਾਇਆ ਗਿਆ ਸੀ ਨਵੰਬਰ 2020 ਦੇ ਵਿੱਚ ਇੰਡੀਆ ਦੁਆਰਾ 1.9 ਕਿਲੋਮੀਟਰ ਮੈਤਰੀ ਬ੍ਰਿਜ ਬਣਾਇਆ ਜਾ ਰਿਹਾ ਕਿਹੜੀ ਰਿਵਰ ਦੇ ਉੱਤੇ ਫੈਨੀ ਰਿਵਰ ਦੇ ਉੱਤੇ ਤਾਂ ਫੈਨੀ ਰਿਵਰ ਕਿਹੜੀ ਦੋ ਕੰਟਰੀਜ਼ ਦੇ ਵਿੱਚ ਡਿਸਪਿਊਟਡ ਰਿਵਰ ਹੈ ਤਾਂ ਬੰਗਲਾਦੇਸ਼ ਔਰ ਇੰਡੀਆ ਦੇ ਨਾਲ ਠੀਕ ਹੈ ਜੀ ਤਾਂ 1.9 ਕਿਲੋਮੀਟਰ ਬ੍ਰਿਜ ਸਬਰੂਮ ਤ੍ਰਿਪੁਰਾ ਤੋਂ ਰਾਮਗੜ ਬੰਗਲਾਦੇਸ਼ ਤੱਕ ਇਸ ਨੂੰ ਬਣਾਇਆ ਜਾ ਰਿਹਾ ਦਿੱਲੀ ਗਵਰਨਮੈਂਟ ਦੁਆਰਾ ਤਮਿਲ ਅਕੈਡਮੀ ਤਮਿਲ ਅਕੈਡਮੀ ਬਣਾਈ ਗਈ ਟੂ ਪ੍ਰੋਮੋਟ ਸਾਊਥ ਇੰਡੀਅਨ ਲੈਂਗੁਏਜ ਇਨ ਦਾ ਕੈਪੀਟਲ ਕੈਪੀਟਲ ਦੇ ਵਿੱਚ ਯਾਨੀ ਕਿ ਇੰਡੀਅਨ ਕੈਪੀਟਲ ਦੇ ਵਿੱਚ ਦਿੱਲੀ ਦੇ ਵਿੱਚ ਤਾਮਿਲ ਨੂੰ ਪ੍ਰਮੋਟ ਕਰਨ ਦੇ ਲਈ ਇਸ ਨੂੰ ਬਣਾਇਆ ਜਾ ਰਿਹਾ ਹੈ। ਮਿਨਿਸਟਰੀ ਆਫ ਪੋਰਟਸ ਸ਼ਿਪਿੰਗ ਐਂਡ ਵਾਟਰਵੇਅਜ਼ ਯਾਨੀ ਕਿ ਮਨਸੂਖ ਲਾਲ ਮੰਡਾਵੀਆ ਦੀ ਮਿਨਿਸਟਰੀ ਦੁਆਰਾ ਸਾਗਰਮਾਲਾ ਸੀ ਪਲੇਨ ਸਰਵਿਸਿਜ਼ ਪ੍ਰੋਜੈਕਟ ਅਨਾਉਂਸ ਕੀਤਾ ਗਿਆ ਅੰਡਰ ਉਡਾਨ ਸਕੀਮ ਉਡਾਨ ਸਕੀਮ 2017 ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਜਾਪਾਨ ਦੁਆਰਾ ਵਰਲਡ ਦੀ ਫਰਸਟ ਐਵਰ ਵੁੱਡਨ ਸੈਟਲਾਈਟ ਵਰਲਡ ਦੀ ਪਹਿਲੀ ਵੁਡਨ ਸੈਟਲਾਈਟ ਅਨਾਉਂਸ ਕੀਤੀ ਗਈ 2023 ਦੇ ਵਿੱਚ ਇਹ ਲਾਂਚ ਕੀਤੀ ਜਾਏਗੀ। 오डिशा ਚੀਫ ਮਿਨਿਸਟਰ ਨਵੀਨ ਪਟਨਾਇਕ ਦੁਆਰਾ ਰਾਮਾ ਲਿੰਗੇਸ਼ਵਰਾ ਪਾਰਕ ਰਾਮਾ ਲਿੰਗੇਸ਼ਵਰਾ ਪਾਰਕ ਇਨੌਗਰੇਟ ਕੀਤਾ ਗਿਆ ਬਹਿਰਾਮਪੁਰ ਗੰਜਮ ਡਿਸਟ੍ਰਿਕਟ ਦੇ ਵਿੱਚ। ਸਪੋਰਟਸ ਮਿਨਿਸਟਰ ਕਿਰਨ ਰੀਜੂ ਦੁਆਰਾ ਅਸਮ ਰਾਈਫਲਸ ਪਬਲਿਕ ਸਕੂਲ ਅਸਮ ਰਾਈਫਲਸ ਪਬਲਿਕ ਸਕੂਲ ਨੂੰ ਜੋ ਕਿ ਸ਼ੇ ਲੋਂਗ ਮੇਘਾਲਿਆ ਦੇ ਵਿੱਚ ਹੈ ਪਹਿਲਾ ਨਾਰਥ-ਈਸਟ ਖੇਲੋ ਇੰਡੀਆ ਸਪੋਰਟਸ ਸਕੂਲ ਬਣਾਇਆ ਗਿਆ। पहला नॉर्थ ईस्ट का खेलो इंडिया स्पोर्ट स्कूल मलयालम साइंटिस्ट प्रोफेसर सॉरी मलेशियन मलेशियन साइंटिस्ट प्रोफेसर मोहम्मद हरीक हामिद सुल्तान द्वारा इको फ्रेंडली ड्रोन बनाया गया एक ईको फ्रेंडली ड्रोन मेड ऑफ फाइबर ऑफ पाइनएप्पल लीवस पाइनएप्पल लीव्स के दे, फाइबर के नाल इसको बनाया गया पेट्रोलियम एंड नैचुरल गैस मिनिस्टर धर्मेंद्र प्रधान द्वारा माइग्रेंट वर्कर सैल ਇਨੋਗ੍ਰੇਟ ਕੀਤਾ ਗਿਆ ਸੂਰਤ ਗੁਜਰਾਤ ਦੇ ਵਿੱਚ ਸੂਰਤ ਗੁਜਰਾਤ ਦੇ ਵਿੱਚ ਹੂਬਲੀ ਰੇਲਵੇ ਸਟੇਸ਼ਨ ਜੋ ਕਿ ਕਰਨਾਟਕਾ ਦਾ ਹੈ ਜਿਸ ਨੂੰ ਸਿੱਧਾ ਰੋਧਾ ਸਵਾਮੀ ਜੀ ਰੇਲਵੇ ਸਟੇਸ਼ਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਵਰਲਡ ਦਾ ਲਾਰਜੇਸਟ ਰੇਲਵੇ ਪਲੇਟਫਾਰਮ ਬਣ ਰਿਹਾ ਹੈ 1505 ਮੀਟਰ ਦੀ ਲੈਂਥ ਔਰ 10 ਮੀਟਰ ਦੀ ਵਿਡਥ ਦੇ ਐਮਪੀ ਐਮਪੀ ਦੇ ਚੀਫ ਮਿੰისტਰ ਸ਼ਿਵਰਾਸ ਚੋਹਾਨ ਦੁਆਰਾ ਫਲੋਟਿੰਗ ਸੋਲਰ ਪਾਵਰ ਪਲਾਂਟ ਅਨਾਉਂਸ ਕੀਤਾ ਗਿਆ ਹੈ ओमकारेश्वर ओमकारेश्वर ਦੇ ਵਿੱਚ ਜੋ ਕਿ ਪਾਵਰ ਜਨਰੇਸ਼ਨ ਕੈਪੈਸਿਟੀ 2022-23 ਤੋਂ ਸ਼ੁਰੂ ਕਰੇਗਾ। 오डिशा चीफ मिनिस्टर नवीन ਪਟਨਾਇਕ ਦੁਆਰਾ ਫਾਇਰ ਪਾਰਕ ਇਨੋਗ੍ਰੇਟ ਕੀਤਾ ਗਿਆ ਭੁਵਨੇਸ਼ਵਰ ਦੇ ਵਿੱਚ। ਇਸੇ ਦੇ ਨਾਲ ਅਗਨੀ ਸ਼ਮਾ ਸੇਵਾ ਪੋਰਟਲ ਨੂੰ ਵੀ ਲਾਂਚ ਕੀਤਾ ਗਿਆ। ਵਰਲਡ ਦੀ ਪਹਿਲੀ ਹਸਪੀਟਲ ਟ੍ਰੇਨ ਲਾਈਫਲਾਈਨ ਐਕਸਪ੍ਰੈਸ ਦੇ ਨਾਮ ਤੋਂ ਜਾਣੀ ਜਾ ਰਹੀ ਹੈ। ਇਸ ਨੂੰ ਬਦਲਪੁਰ ਅਸਮ ਦੇ ਵਿੱਚ ਬਦਲਪੁਰ ਅਸਮ ਦੇ ਵਿੱਚ ਸ਼ੁਰੂ ਕੀਤਾ ਗਿਆ। तेलंगाना दी भुवा नगरी डिस्ट्रिक्ट तेलंगाना ਦੇ ਭੂਵਨ ਨਗਰੀ ਡਿਸਟ੍ਰਿਕਟ ਸਟੂਡੈਂਟਸ ਨੇ ਜ਼ੀਰੋ ਵੇਸਟ ਸੈਨੀਟਰੀ ਪੈਡਸ ਨੂੰ ਬਣਾਇਆ ਜਿਸ ਦਾ ਨਾਮ ਰੱਖਿਆ ਹੈ ਸਤਰੀ ਰક્ષા ਪੈਡਸ ਠੀਕ ਹੈ ਬੇਸਿਕਲੀ ਜਿਹੜਾ ਸੰਡੇ ਸੈਸ਼ਨ ਹੁੰਦਾ ਵੀਕਲੀ ਰਿਵੀਜ਼ਨ ਸੈਸ਼ਨ ਹੈ ਇਸ ਕਰਕੇ ਥੋੜੀ ਸਪੀਡ ਅਪਲੀ ਡਿਸਕਸ ਕਰਦੇ ਹੁੰਦੇ ਆਪਾਂ ਸੰਡੇ ਨੂੰ ਤਾਂ ਕਿ ਸਿਰਫ ਰਿਵੀਜ਼ਨ ਕੀਤੀ ਜਾ ਸਕੇ ਕਿਉਂਕਿ ਨਿਊਜ਼ ਕਾਫੀ ਨੇ ਔਰ ਸੈਸ਼ਨ ਕਾਫੀ ਲੰਬਾ ਚਲਾ ਜਾਂਦਾ ਇਨੋਗਰੇਸ਼ਨਸ ਦੇ ਵਿੱਚ ਵੀ ਮਨੀਪੁਰ ਗੋਰ ਗਵਰਨਮੈਂਟ ਦੁਆਰਾ ਐਮ ਪੈਨਸ਼ਨ ਐਪਲੀਕੇਸ਼ਨ ਰੇਲਵੇ ਮਿਨਿਸਟਰੀ ਪਿਯੁਸ਼ ਗੋਇਲ ਦੁਆਰਾ ਅਨਾਉਂਸ ਕੀਤਾ ਗਿਆ ਕਿ ਟਨਲ ਪ੍ਰੋਜੈਕਟ ਜੋ ਕਿ ਰਾਚੀ ਰਾਂਚੀ ਨੂੰ ਬਰਕਲਾਣਾ ਦੇ ਨਾਲ ਕਨੈਕਟ ਕਰੇਗਾ ਬੇਸਿਕਲੀ ਅਨਾਉਂਸਮੈਂਟ ਕੀਤੀ ਗਈ ਕਿ ਪ੍ਰੋਜੈਕਟ ਹੈ ਜਿਹੜਾ ਬਣ ਕੇ ਰੈਡੀ ਹੋਣ ਵਾਲਾ ਹੈ ਠੀਕ ਹੈ ਯਾਨੀ ਕਿ ਕਾਫੀ ਟਾਈਮ ਤੋਂ ਇਸ ਨੂੰ ਬਣਾਇਆ ਜਾ ਰਿਹਾ ਹੈ ਜਿਹੜਾ ਕਿ ਰਚਨਾ ਤੋਂ ਪਟਨਾ ਤੱਕ ਦਾ ਡਿਸਟੈਂਸ ਹੈ 60 ਕਿਲੋਮੀਟਰ ਤੱਕ ਰਿਡਿਊਸ ਕਰ ਦੇਗਾ ਪੈਮਸਟਨ ਨਰਿੰਦਰ ਮੋਦੀ ਦੁਆਰਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਨੈਸ਼ਨਲ এনवायरमेंटਲ ਸਟੈਂਡਰਡ ਲੈਬੋਰਟਰੀ ਦਾ ਨਿਊ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਹੀ ਵਰਲਡ ਦੀ ਪਹਿਲੀ ਡਬਲ ਸਟ੍ਰੈਕ 컨ਟੇਨਰ ਟ੍ਰੇਨ ਨਿਊ ਰਿਵਾੜੀ ਮਧਾਰ ਸੈਕਸ਼ਨ ਦੇ ਉਤੇ ਲਾਂਚ ਕੀਤੀ ਗਈ ਹੈ ਜੋ ਕਿ ਹਰਿਆਣਾ ਨੂੰ ਹਰਿਆਣਾ ਨੂੰ ਰਾਜਸਥਾਨ ਦੇ ਨਾਲ ਕਨੈਕਟ ਕਰਦਾ ਹੈ 306 ਕਿਲੋਮੀਟਰ ਦਾ ਇਹ ਕੋਰੀਡੋਰ ਹੈ ਆਲਸੋ ਇੱਕ ਡਬਲ ਸਟ੍ਰੈਕ ਟ੍ਰੇਨ 1.5 ਕਿਲੋਮੀਟਰ ਲੰਬੀ ਡਬਲ ਸਟ੍ਰੈਕ ਟ੍ਰੇਨ ਨੂੰ ਵੀ ਚਲਾਇਆ ਗਿਆ ਐਜੂਕੇਸ਼ਨ ਮਨਿਸਟਰ ਰਮੇਸ਼ ਪੋਖਰੀਆਲ ਨਿਸ਼ਾਨਕ ਨੇ डबल्यू सी डी मिनिस्टर समृति ईरानी और होम मिनिस्टर अमित शाह मिल के की लॉन्च किया टॉय कैथोन टॉय कैथोन लॉन्च किया नेक्स्ट चलते हैं इंपोर्टेंट मीटिंग्स और इवेंट्स के वल तो सब तो पहले महाराष्ट्र के डिप्टी चीफ मिनिस्टर डिप्टी चीफ मिनिस्टर अजीत पवार ने इन द्वारा दो सौ तिन्नवीं एनीवर्सरी की गई बैटल ऑफ कोरेगांव बैटल ऑफ भीमा कितने ਪੂਨੇ ਦੇ ਵਿੱਚ ਪੂਨੇ ਦੇ ਪੇਰਨੇ ਵਿਲੇਜ ਦੇ ਉੱਤੇ ਜੈ ਸਟੰਬ ਜੈ ਸਤੰਭ ਦੇ ਉੱਤੇ ਇਸ ਨੂੰ ਆਰਗੇਨਾਈਜ਼ ਕੀਤਾ ਗਿਆ। ਆਯੁਰਵੇਦਾ ਫੈਸਟੀਵਲ ਗਲੋਬਲ ਆਯੁਰਵੇਦਾ ਫੈਸਟੀਵਲ ਦਾ ਚੌਥਾ ਐਡੀਸ਼ਨ ਵਰਚੂਅਲੀ ਆਰਗੇਨਾਈਜ਼ ਕੀਤਾ ਜਾਏਗਾ। ਹਾਲਾਂਕਿ ਕੇਰਲਾ ਦੁਆਰਾ ਇਸ ਨੂੰ ਆਰਗੇਨਾਈਜ਼ ਕੀਤਾ ਜਾਣਾ ਸੀ ਕੋਵਿਡ-19 ਕਰਕੇ ਇਸ ਨੂੰ ਵਰਚੂਅਲੀ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਔਰ ਇਸ ਦੇ ਅੰਡਰ ਇੰਪੋਰਟੈਂਟ ਰਹੇਗਾ ਕਿ ਫੈਸਟੀਵਲ ਔਰ ਇੰਡਸਟਰੀ ਪਾਰਟਨਰ ਕੌਣ ਹੈ ਫੀਕੀ ਹੈ ਔਰ ਇਸ ਨੂੰ ਅਨਾਉਂਸਮੈਂਟ ਕੀਤੀ ਗਈ ਹੈ ਐਕਸਟਰਨਲ ਅਫੇਅਰਸ ਮਿਨਿਸਟਰੀ ਵੀ ਮੋਦੀਧਰਨ ਮਿਨਿਸਟਰ ਆਫ ਸਟੇਟ ਫਾਰ ਐਕਸਟਰਨਲ ਅਫੇਅਰਸ ਇਹੀ ਇਸ ਦੇ ਚੇਅਰਮੈਨ ਵੀ ਰਹਿਣਗੇ ਯੂਕੇ ਪ੍ਰੈਮੀਸਟਰ ਬੋਰਿਸ ਜੌਨਸਨ ਦੁਆਰਾ ਇੰਡੀਆ ਦੀ ਵਿਜ਼ਿਟ ਨੂੰ ਕੈਨਸਲ ਕੀਤਾ ਗਿਆ ਰਿਪਬਲਿਕ ਡੇ ਦੇ ਲਈ ਜਿਹੜੀ ਵਿਜ਼ਿਟ ਸੀ ਇਹਨਾਂ ਦੀ 41st ਜੀਸੀਸੀ ਸਮਿਟ 41ਵੀਂ ਜੀਸੀਸੀ ਸਮਿਟ ਹੈ ਜਿਹੜੀ ਆਰਗੇਨਾਈਜ਼ ਕੀਤੀ ਗਈ ਰਿਆਦ ਸਾਊਦੀ ਅਰੇਬੀਆ ਦੁਆਰਾ ਰਿਆਦ ਸਾਊਦੀ ਅਰੇਬੀਆ ਦੁਆਰਾ ਜੀਸੀਸੀ ਦੁਆਰਾ ਸੋਲੀਡਰਿਟੀ ਐਂਡ ਸਟੇਬਿਲਿਟੀ ਡੀਲ ਇਸ ਦੇ ਵਿੱਚ ਸਾਈਨ ਕੀਤੀ ਗਈ वेस्ट बंगाल चीफ मिनिस्टर ममता बनर्जी द्वारा कोलकाता इंटरनेशनल फिल्म फेस्टिवल कोलकाता इंटरनेशनल फिल्म फेस्टिवल अनाउंस किया गया कि यह इस साल वर्चुअली ऑर्गेनाइज किया जा रहा है ठीक है जी छ्वेंटी सिक्स एडिशन याद रखा इंडिया और फ्रांस हेल्ड द एनुअल स्ट्रैटेजिक डायलॉग इन न्यू दिल्ली इंडिया और फ्रांस ने मीटिंग ऑर्गेनाइज की जिस इंडिया वालों एन एस ए अजीत दौवल नैशनल सिक्योरिटी एडवाइजर अजीत दौवल द्वारा पार्टीपेट किया गया तमिलनाडु चीफ मिनिस्टर ई के पालाना स्वामी ने इन द्वारा थाई पूम फैसटिवल था फैसटिवल पब्लिक होलीडे डिकलेयर की डायरक्ट याद रखा था थी पूसम फैसटिवल तमिलनाडु रैंकिंग्स एंड रिपोर्ट्स कुछ रैंकिंग डिस्कस कर दिया वर्ल्ड बैंक द्वारा ग्लोबल इकोनॉमिक प्रोसपोर्ट रिपोर्ट जारी की जाती है डायरैक्ट क्वेश्चन सिंगल क्वेश्चन का ही बनेगा इस तो ਹਾਲਾਂਕਿ ਇਸ ਦੀ ਫਾਈਂਡਿੰਗਸ ਇੰਪੋਰਟੈਂਟ ਨਹੀਂ ਬਣ ਗਈਆਂ ਸਿੰਪਲੀ ਯਾ ਰੱਖਾਂਗੇ ਕਿ ਵਰਲਡ ਬੈਂਕ ਵਰਲਡ ਬੈਂਕ ਗਲੋਬਲ ਇਕਨੋਮਿਕ ਪ੍ਰੋਸਪੈਕਟ ਰਿਪੋਰਟ ਜਾਰੀ ਕਰਦਾ ਹੈ ਗ੍ਰੋਸ ਰੈਵਨਿਊ ਆਫ ਗੁੱਡਸ ਐਂਡ ਸਰਵਿਸਿਜ਼ ਟੈਕਸ ਜੀਐਸਟੀ ਇੰਡੀਆ ਦੇ ਵਿੱਚ ਜਿਹੜਾ ਜੀਐਸਟੀ ਹੈ ਇਸ ਦੀ ਕਲੈਕਸ਼ਨ ਦੀ ਗੱਲ ਕਰਦੇ ਆ ਤਾਂ ਹਰ ਮੰਥ ਦੇ ਐਂਡ ਦੇ ਵਿੱਚ ਅਨਾਉਂਸ ਕੀਤੀ ਜਾਂਦੀ ਹੈ ਕਿ ਇੰਨੀ ਕਲੈਕਸ਼ਨ ਰਹੀ ਹੈ ਤਾਂ ਜਿਹੜੀ ਦਸੰਬਰ 2020 ਦੀ ਸੀ ਸਭ ਤੋਂ ਜ਼ਿਆਦਾ ਰਹੀ ਔਰ ਪਹਿਲੀ ਵਾਰ 1.5 ਲੱਖ ਸਵਾ ਲੱਖ ਨਹੀਂ ਕਹਾਂਗੇ 1.15 वन पॉइंट वन फाइव लैक करोड़ इसने करॉस किया बजाज ऑटो एक टू व्हीलर कंपनी है पहली टू व्हीलर कंपनी बनी है जिसने मार्केट कैपिटलाइजेशन कैपीटलाइजे करॉस किया एक लाख करोड़ नेक्स्ट है एक, एक स्कीम सी सुकन्या समृद्धि अकाउंट योजना सुकन्या समृद्धि अकाउंट योजना इस स्कीम के अंदर तकरीबन एक करोड़ तरासी लख अकाउंट ओपन किए जा चुके ने अनाउंसमेंट की गई है रिपोर्ट जारी की गई है ਇਸ ਨੂੰ ਲਾਂਚ ਕੀਤਾ ਗਿਆ ਸੀ 22 ਜਨਵਰੀ 2015 ਦੇ ਵਿੱਚ ਪਾਣੀਪਤ ਹਰਿਆਣਾ ਦੇ ਵਿੱਚ ਪ੍ਰੈਮਸਚਨ ਨਰਿੰਦਰ ਮੋਦੀ ਦੁਆਰਾ ਪਾਣੀਪਤ ਹਰਿਆਣਾ ਦੇ ਵਿੱਚ ਲਾਂਚ ਕੀਤਾ ਗਿਆ ਸੀ ਐਫਐਸਐਸਏਆਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ ਅਰຸນ ਸਿੰਘਲ ਇਸ ਦੇ ਹੈੱਡ ਨੇ ਇਹਨਾਂ ਦੁਆਰਾ ਟ੍ਰਾਂਸਫੈਟੀ ਐਸਿਡ ਦੀ ਅਮਾਉਂਟ ਨੂੰ ਰਿਡਿਊਸ ਕੀਤਾ ਗਿਆ ਟ੍ਰਾਂਸਫੈਟੀ ਐਸਿਡ ਦੀ ਅਮਾਉਂਟ ਹੋਏਗੀ ਜਿਹੜੀ ਫੂਡ ਦੇ ਵਿੱਚ ਉਸ ਨੂੰ ਰਿਡਿਊਸ ਕੀਤਾ ਗਿਆ ਹੈ दो हज़ार इक्की तीन प्रसेंट रखी गई है और दो हज़ार बई देू प्रसेंट रखी गई नैक्सट एक अमेरिकन रिसर्च फॉर्म मोरनिंग कंसल्ट द्वारा मोरनिंग कंसल्ट द्वारा इंडियन प्राइम मिनिस्टर नरेंद्र मोदी इंडियन प्राइम मिनिस्टर प्राइम मिनिस्टर नरेंद्र मोदी को कि कहा गया मोस्ट पापूलर हैड ऑफ द स्टेट कहा गया ठीक है इसी दे क्वेश्चन हिडन न्यूज़ इंपोर्टेंट रहेगी कि एक भीडियो लॉन्च की गई ਇੱਕ ਪੋਇਮ ਦੀ ਪੈਮਿਸਟਨ ਦੇ ਅੰਦਰ ਮੋਦੀ ਦੁਆਰਾ ਇਹਨਾਂ ਦੀ ਲਿਖੀ ਹੋਈ ਅਭੀ ਤੋਂ ਸੂਰਜ ਉੱਗਾ ਹੈ ਨੈਕਸਟ ਇੱਕ ਸਾਊਥ ਏਸ਼ੀਆ ਜਰਨਲ ਦੀ ਰਿਪੋਰਟ ਦੇ ਅਨੁਸਾਰ ਚਨਈ ਹੈ ਜੋ ਇੰਡੀਆ ਦਾ ਚਨਈ ਸਿਟੀ ਤਾਮਿਲਨਾਡੂ ਦੀ ਮੈਕਸਿਮਮ ਸੀਸੀਟੀਵੀ ਕਵਰੇਜ ਕਰਦੀ ਹੈ ਵਰਲਡ ਦੇ ਵਿੱਚ 130 ਸਿਟੀਆਂ ਦੀ ਰੈਂਕਿੰਗ ਦੇ ਵਿੱਚੋਂ ਟੌਪ ਕਿਤੇ ਯੂਨੀਸੈਫ ਦੀ ਰਿਪੋਰਟ ਦੇ ਅਨੁਸਾਰ ਇੰਡੀਆ ਸਭ ਤੋਂ ਪਹਿਲੇ ਨੰਬਰ ਤੇ ਹੈ 1 ਜਨਵਰੀ 2021 ਨੂੰ ਪੈਦਾ ਹੋਣ ਵਾਲੇ ਬੱਚਿਆਂ ਦੇ ਵਿੱਚ ਇੰਡੀਆ ਦੇ ਵਿੱਚ 70 ਜ਼ਿਆਦਾ ਬੱਚੇ ਪੈਦਾ ਹੋਏ ਸੀ ਯਾਨੀ ਕਿ 60000 ਦੇ ਕਰੀਬਨ ਬੱਚੇ ਪੈਦਾ ਹੋਏ ਸੀ ਨੈਕਸਟ ਐਸ਼ੀਅਨ ਵਾਟਰ ਬਰਡ ਸੈਂਸਿਸ ਇੰਡੈਕਸ ਇੰਪੋਰਟੈਂਟ ਰਹੇਗਾ ਐਸ਼ੀਅਨ ਵਾਟਰ ਬਰਡ ਸੈਂਸਿਸ ਹੈ ਜਿਹੜਾ ਇਹ ਕਿਹੜੀ ਸਟੇਟ ਦੇ ਵਿੱਚ ਕੰਡਕਟ ਕੀਤਾ ਗਿਆ ਆਂਧ੍ਰ ਪ੍ਰਦੇਸ਼ ਦੇ ਵਿੱਚ ਆਂਧ੍ਰ ਪ੍ਰਦੇਸ਼ ਦੀ ਤਿੰਨ ਇੰਪੋਰਟੈਂਟ ਜਗ੍ਹਾ ਦੇ ਉੱਤੇ ਡਾਇਰੈਕਟਲੀ ਸਟੈਟਿਕ ਚ ਪੁੱਛਿਆ ਜਾਏਗਾ ਕੋਰਿੰਗਾ ਵਾਇਲਰ ਸੈਂਚਰੀ ਕੋਲੇਰੂ ਲੇਕ ਬਰਡ ਸੈਂਚਰੀ ਔਰ ਕ੍ਰਿਸ਼ਨਾ ਸੈਂਚਰੀ ਕਿੱਥੇ ਹੈ ਤਾਂ ਇਹ ਕਿੱਥੇ ਨੇ ਆਂਧ੍ਰ ਪ੍ਰਦੇਸ਼ ਦੇ ਵਿੱਚ आंध्र प्रदेश और एम पी द्वारा ही पहली स्टेट्स बनिया ने जिन्ह कंप्लीट किया वन नेशन वन राशन कार्ड रिफॉर्म्स इसी देज़ ऑफ डूइंग बिजनेस और अरब अरबन लोकल बॉडीज़ रिफॉर्म्स भी कंप्लीट करने वाली पहली स्टेट्स केरला द्वारा सब तो पहले बर्ड फ्लू के लिए बर्ड फ्लू के लिए एमरजेंसी अनाउंस की गई स्टेट डिजासर अनाउंस किया गया बर्ड फ्लू केरला द्वारा स्पेसएक्स स्पेसएक्स اور टेस्ला ਦੇ ਫਾਊਂਡਰ ਐਲਨ ਮਸਕ ਐਲਨ ਮਸਕ ਵਰਲਡ ਦੇ richest person ਬਣਨੇ ਆਫਟਰ ਬਲੂਮਬર્ગ ਰਿਪੋਰਟ ਦੇ ਅਨੁਸਾਰ Amazon ਦੇ ਫਾਊਂਡਰ Jeff Bezos ਨੂੰ ਪਿੱਛੇ ਛੱਡ ਗਏ NSO نیشنل ਸਟੈਟਿਸਟਿਕਲ ਆਫਿਸ ਦੁਆਰਾ ਫਰਸਟ ਐਡਵਾਂਸ ਐਸਟੀਮੇਟ ਰਿਲੀਜ਼ ਕੀਤਾ ਗਿਆ GDP ਦਾ ਕਿ -7.7% ਰਹੇਗੀ 2020-2021 ਦੇ ਵਿੱਚ ਐਸਟੀਮੇਟ ਹੈ ਯਾ ਰੱਖਾਂਗੇ ਐਸਟੀਮੇਟ ਰਿਲੀਜ਼ ਕੀਤਾ ਗਿਆ उत्तर प्रदेश शिवालिक मर्सेंटाइल कोऑपरेटिव बैंक शिवालिक मर्सेंटाइल कोऑपरेटिव बैंक फर्स्ट कोऑपरेटिव बैंक बनया इंडिया का जिसने स्मॉल फाइनेंस बैंक द फर्स्ट अर्बन कोऑपरेटिव बैंक बनया जिसने स्मॉल फाइनेंस बैंक का लाइसेंस हासिल कि इंडैक्स सब तो इंपोर्टेंट इंडेक्स रहेगा आर बी आई द्वारा शुरू किया गया कंपोजिट डिजिटल पेमेंट इंडेक्स डी पी आई डिजिटल पेमेंट इंडेक्स शुरू किया गया आर बी आई द्वारा ठीक है जी हालांकि इसके फैक्ट्स ने जोड़े वो बैंकिंग एग्जाम के लिए काफ़ी इंपोर्टेंट बनने इस अलावा तो पीसीएस वगैरह के एग्जाम लिए कि पांच पैरामीट ने पेमेंट इनेबलरस पेमेंट इंफ्रास्ट्रक्चर डिमांड साइड पेमेंट इंफ्रास्ट्रक्चर सप्लाई साइड पेमेंट परफॉर्मेंस और कंज्यूमर सेंट्रिसिटी पांच पैरामीटर दे अंडर मार्च टू थाउजेंड एटीन बेस पीरियड रखा गया है और इसी अनुसार मार्च टू थाउजेंड नाइनटीन का स्कोर और टू थाउजेंड ट्वेंटी का स्कोर अनाउंस किया गया 153.47 और 207.84 इस तो अलावा यह भी अनाउंस किया गया कि मार्च 2021 तो चार महीने के दे गैप के इस अनाउंस किया जाएगा नेक्स्ट चलते हैं इंपोर्टेंट स्कीम्स स्कीम्स के सब तो पहले न्यू स्कूल बैग पॉलिसी न्यू स्कूल बैग पॉलिसी 2020 थाउजेंड द्वारा शुरू की गई एनसीआर टी द्वारा नैशनल काउंसल फॉर एजुकेशनल रिसर्च एंड ट्रेनिंग ਅਹਿਮਦਾਬਾਦ ਦੁਆਰਾ ਮਹਾਰਾਸ਼ਟਰ ਅਹਿਮਦਾਬਾਦ ਨਹੀਂ ਸੋਰੀ ਅਹਿਮਦਨਗਰ 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 ਹੈ ਜੋ ਮਹਾਰਾਸ਼ਟਰ ਦੇ ਵਿੱਚ ਹੈ ਇਸ ਦੁਆਰਾ ਆਪਰੇਸ਼ਨ ਮੁਸਕਾਨ ਸ਼ੁਰੂ ਕੀਤਾ ਗਿਆ ਸੀ ਬੱਚਿਆਂ ਨੂੰ ਖੋਏ ਹੋਏ ਬੱਚਿਆਂ ਨੂੰ ਲੱਭਣ ਦੇ ਲਈ ਆਪਰੇਸ਼ਨ ਮੁਸਕਾਨ ਇੰਡੀਅਨ ਔਇਲ ਦੁਆਰਾ ਇੱਕ ਨਵਾਂ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਪ੍ਰਯਾਸ ਇੰਡੀਅਨ ਔਇਲ ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ ਸ਼੍ਰੀਕਾਂਤ ਮਾਧਵ ਵਿਦਯ ਇਸ ਦੇ ਹੈੱਡ ਨੇ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਪ੍ਰਯਾਸ ਪ੍ਰਯਾਸ ਇਨੀਸ਼ੀਏਟਿਵ ਲੋਕਾਂ ਦੀ ਜ਼ਰੂਰਤਾਂ ਨੂੰ ठंड के दौरान पूरा करने यूके द्वारा अनाउंस किया गया रिस्ट्रिक्शन ऑफ प्रमोशन ऑफ अनहेल्दी फूड फ्रॉम टू थाउजेंड ट्वेंटी टू टू थाउजेंड ट्वेंटी टू तो बाद अनहेल्दी फूड है जरा उसकी प्रमोशन बैन किया जाएगा यूके द्वारा एम पी गमेंट द्वारा कैंपेन एक जिला एक शिल्प एक जिला एक शिल्प लॉन्च किया गया हैंडीक्राफ्ट प्रमोट करूपी यूपी द्वारा किसान कल्याण मिशन किसान कल्याण मिशन लॉन्च किया गया जिस दे अंडर फार्मर द इनकम डबल करा दे अनाउंस किया गया यू एस ए कांग्रेस द्वारा मलाला यूसुफजाई स्कॉलरशिप एक्ट काफ़ी इंपोर्टेंट रहेगी न्यूज़ ये कि मलाला यूसुफजाई स्कॉलरशिप एक्ट यू एस ए द्वारा पास किया गया कंट्री द्वारा यू एस ए द्वारा ठीक है जी इस अलावा तो मलाला यूसफजाई रिलेटेड जिन्हें फैक्ट आप डिसकसते थे हर एक फैक्ट इंपोर्टेंट रहेगा ਠੀਕ ਹੈ ਚਾਹੇ ਨੋਬਲ ਪੀਸ ਪ੍ਰਾਈਜ਼ ਦੀ ਗੱਲ ਹੋਵੇ ਚਾਹੇ ਇਹਨਾਂ ਦੀ ਬੁੱਕਸ ਦੀ ਗੱਲ ਹੋਣ ਠੀਕ ਹੈ ਹਰ ਇੱਕ ਫੈਕਟ ਇੰਪੋਰਟੈਂਟ ਰਹੇਗਾ ਯਾਦ ਰੱਖਣਾ ਅਰੁੰਦਤੀ ਅਰੁੰਦਤੀ ਸਕੀਮ ਔਰ ਮੈਤਰਾਈ ਸਕੀਮ ਦੋ ਸਕੀਮਸ ਨੂੰ ਸ਼ੁਰੂ ਕੀਤਾ ਗਿਆ ਕਰਨਾਟਕਾ ਦੇ ਵਿੱਚ ਕਰਨਾਟਕਾ ਦੇ ਵਿੱਚ ਸ਼ੁਰੂ ਕੀਤਾ ਗਿਆ ਜਿਸ ਦੇ ਅੰਡਰ ای ਡਬਲਯੂ ਐਸ ਬ੍ਰਾਹਮਣ ਊਮਨ ਨੂੰ ای ਡਬਲਯੂ ਐਸ ਇਕਨੋਮਿਕ ਵੀਕਰ ਸੈਕਸ਼ਨ ਤੋਂ ਜਿਹੜੀ ਬ੍ਰਾਹਮਣ ਊਮਨ ਹੈ ਅਗਰ ਉਹ ਆਪਣੀ ਹੀ ਕਮਿਊਨਿਟੀ ਦੇ ਵਿੱਚ ਮੈਰिज ਕਰਦੀ ਹੈ ਤਾਂ ਉਸ ਨੂੰ 25000 ਰੁਪਏ ਅੰਡਰ ਅਰੁੰਦਤੀ ਸਕੀਮ और तीन लाख रुपये का बॉन्ड दिता जाएगा मैत्री स्कीम नैक्स्ट केरला गवर्नमेंट द्वारा ही अनाउंस किया गया थाउजेंड ऑफिस थाउजेंड ऑफिस ग्रीन ऑफिसिज अनाउंस किया जाएगा रिपब्लिक डे वाले दिन प्राइम मिनिस्टर केयरस फंड पीएम केयरस फंड द्वारा अनाउंस किया गया दो सौ एक पॉइंट अठवंजा करोड़ रूपीज टू जीरो वन पॉइंट फिफ्टी एट करोड़ रूपीस ਦਿੱਤੇ ਜਾਣਗੇ ਇਨਸਟਾਲਮੈਂਟ ਆਫ 162 ਆਕਸੀਜਨ ਪਲਾਂਟਸ ਨੰਬਰ ਇੰਪੋਰਟੈਂਟ ਰਹੇਗਾ 162 ਆਕਸੀਜਨ ਪਲਾਂਟਸ ਦੇ ਲਈ ਅਮਾਉਂਟ ਦਿੱਤੀ ਗਈ ਨੈਕਸਟ ਹੈ ਕਾਮ ਦੇ ਨੂੰ ਗਊ ਵਿਗਿਆਨ ਪ੍ਰਚਾਰ ਪ੍ਰਸਾਰ ਐਗਜ਼ਾਮ ਕਾਮ ਦੇ ਨੂੰ ਗਊ ਵਿਗਿਆਨ ਪ੍ਰਚਾਰ ਪ੍ਰਸਾਰ ਐਗਜ਼ਾਮ ਹੈ ਇਹ ਕੰਡਕਟ ਕੀਤਾ ਜਾਏਗਾ ਰਾਸ਼ਟਰੀ ਗੋਕੁਲ ਮਿਸ਼ਨ ਦੇ ਅੰਡਰ ਰਾਸ਼ਟਰੀ ਗੋਕੁਲ ਮਿਸ਼ਨ ਦੇ ਅੰਡਰ 12 ਲੈਂਗੁਏਜਸ ਦੇ ਵਿੱਚ 25 ਫਰਵਰੀ ਨੂੰ ਕੰਡਕਟ ਕੀਤਾ ਜਾਏਗਾ ਠੀਕ ਹੈ ਜੀ ਕਾਮਦੇਨੂ ਚੇਅਰ ਇਸੇ ਦੇ ਨਾਲ ਕਾਮਦੇਨੂ ਰਿਸਰਚ ਸੈਂਟਰ ਓਪਨ ਕੀਤੇ ਜਾਣਗੇ ਕਾਲਜਿਸ ਔਰ ਯੂਨੀਵਰਸਿਟੀਆਂ ਦੇ ਵਿੱਚ ਹਰ ਇੱਕ ਕਾਲਜ ਔਰ ਯੂਨੀਵਰਸਿਟੀਆਂ ਦੇ ਵਿੱਚ ਨੈਕਸਟ ਹੈ ਉਜਾਲਾ ਉન્નਤ ਜੋਤੀ ਬਾਏ ਅਫੋਰਡੇਬਲ ਐਲਈਡਸ ਫਾਰ 올 ਉન્નਤ ਜੋਤੀ ਬਾਏ ਅਫੋਰਡੇਬਲ ਐਲਈਡਸ ਫਾਰ 올 ਔਰ ਐਸਐਲਐਮਪੀ ਸਕੀਮਸ ਨੇ ਦੋ ਜਿਨ੍ਹਾਂ ਨੇ ਆਪਣੇ 5 ਸਾਲ ਪੂਰੇ ਕੀਤੇ ਨੇ 5 ਜਨਵਰੀ 2015 ਨੂੰ ਇਹਨਾਂ ਸਕੀਮਸ ਨੂੰ ਬਚਤ ਲੈਂਪ ਯੋਜਨਾ ਦੇ ਅੰਦਰ ਬਟਨ ਐਮ ਲੈਂਪ ਯੋਜਨਾ ਨੂੰ ਰਿਪਲੇਸ ਕਰਕੇ ਸ਼ੁਰੂ ਕੀਤਾ ਗਿਆ ਸੀ ਐਮਪੀ ਦੁਆਰਾ ਲੌਂਚ ਪੈਡ ਸਕੀਮ ਸ਼ੁਰੂ ਕੀਤੀ ਗਈ ਹੈ ਲੌਂਚ ਪੈਡ ਸਕੀਮ ਜਿਸ ਦੇ ਅੰਡਰ ਬॉयਜ਼ ਐਂਡ ਗਰਲਜ਼ ਨੂੰ ਸਪੇਸ ਪ੍ਰੋਵਾਈਡ ਕੀਤੀ ਜਾਏਗੀ ਜਿਹੜੇ ਚਾਈਲਡ ਕੇਅਰ ਇੰਸਟੀਟਿਊਸ਼ਨਸ ਤੋਂ ਜੁਵਾ ਕੰਦ ਨੇ ਯਾਨੀ ਕਿ ਔਰਫਨਸ ਨੇ ਜਿਹੜੇ ਔਰਫਨਸ ਨੇ ਉਹਨਾਂ ਨੂੰ ਸੈਲਫ ਰਿਲਾਇੰਟ ਬਣਾਉਣ ਦੇ ਲਈ ਸਪੇਸ ਪ੍ਰੋਵਾਈਡ ਕੀਤੀ ਜਾਏਗੀ ਤਾਂ ਕਿ ਉਹ ਸਟੇਸ਼ਨਰੀ ਵਗੈਰਾ ਦੀ ਸ਼ਾਪਸ ਨੂੰ ਓਪਨ ਕਰ ਸਕਣ ओरिस्सा ओरिशा द्वारा दो पॉइंट पांच लख रुपये प्राइज मनी डि डिकलेयर की गई है अगर कोई परसन पी डब्ल्यू डी यानी कि हैंडीकैप मैरिज कर दिस्सा है डिफेंस न्यूज़ डिफेंस के रिलेटिड कुछ न्यूज़ ने डिस्कस कर दिया सब तो पहले इंडियन आर्मी द्वारा गोवा शिपयार्ड लिमिटड गोवा शिपयार्ड लिमिट के नाल एग्रीमेंट साइन किया गया बारह फास्ट पेट्रोल बोट्स लिए बारह फास्ट पेट्रोल ਬੋਟਸ ਨੂੰ ਪ੍ਰੋਵਾਈਡ ਕਰਨ ਦੇ ਲਈ ਇੰਡੀਅਨ 에ਅਰ ਫੋਰਸ ਆਰ ਕੇ ਸਿੰਘ ਭਦੋਰੀਆ ਦੇ ਚੀਫ ਨੇ ਜਿਹੜੇ ਇਹਨਾਂ ਦੁਆਰਾ ਈ ਗਵਰਨੈਂਸ ਪੋਰਟਲ ਸ਼ੁਰੂ ਕੀਤਾ ਗਿਆ ਇੰਡੀਅਨ 에ਅਰ ਫੋਰਸ ਦਾ ਈ ਗਵਰਨੈਂਸ ਪੋਰਟਲ ਨਿਊ ਦਿੱਲੀ ਦੇ ਵਿੱਚ ਲਾਂਚ ਕੀਤਾ ਗਿਆ ਨੈਕਸਟ ਹੈ ਚੈਟਰਡ ਆਈਸ ਕਲਾਸ ਵੈਸਲ ਐਮ ਐਸ ਵੈਸਲੀ ਗੋਲਵੋਨਿਨ ਡਾਇਰੈਕਟਲੀ ਨਾਮ ਇੰਪੋਰਟੈਂਟ ਰਹੇਗਾ ਐਮ ਵੀ ਵੈਸਲੀ ਗੋਲਵੋਨਿਨ ਇੱਕ ਚੈਟਡ ਆਈਸ ਕਲਾਸ ਵੈਸਲ ਹੈ ਇੱਕ ਸ਼ਿਪ ਹੈ ਜੋ ਕਿ ਐਂਟਾਰਕਟਿਕਾ ਦੀ ਵਿਜ਼ਿਟ ਤੇ ਹੈ ਗੋਆ ਤੋਂ ਲੈ ਕੇ ਐਂਟਾਰਕਟਿਕਾ ਦੀ ਵਿਜ਼ਿਟ ਤੇ ਹੈ 30 ਦਿਨਾਂ ਦੇ ਵਿੱਚ ਇਸ ਸਫ਼ਰ ਨੂੰ ਪੂਰਾ ਕਰੇਗਾ ਕਿੱਥੇ ਜਾ ਰਿਹਾ ਦਕਸ਼ਿਨ ਗੰਗੋਤਰੀ ਸਟੇਸ਼ਨ ਦੇ ਵਿੱਚ ਐਂਟਾਰਕਟਿਕਾ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਸਟੇਸ਼ਨਸ ਨੇ ਰਿਸਰਚ ਸਟੇਸ਼ਨਸ ਤਿੰਨ ਇੰਡੀਆ ਦੇ ਨੇ ਮੈਤਰੀ ਭਾਰਤੀ ਔਰ ਦਕਸ਼ਿਨ ਗੰਗੋਤਰੀ ਦਕਸ਼ਿਨ ਗੰਗੋਤਰੀ ਵਾਲੇ ਦੀ ਵਿਜ਼ਿਟ ਤੇ ਹੈ ਠੀਕ ਹੈ ਜੀ ਯਾਰ ਰੱਖਾਂ ਨੈਕਸਟ ਹੈ चाइना द्वारा ईलीगली डिप्लॉय किए गए अंडर वॉटर ड्रोन सी विंग इंडियन ओशन विंग ओश ई लिगली ड्रोनज कितने पाए गए हैं इंडियन ओशन केटरी ने चाइना कोलकाता कोलकाता बेस्ड गार्डन रिसर्च शिप बिल्डर एंड इंजीनियरस गार्ड गार्डन रीच शिप बिल्डर एंड इंजीनियर इसका हैडकुआटर कितने कोलकाता के इसने इंडियन नेवी ने एक शिप प्रोवाइड किया इंडियन नेवी एल एनस एलसीयू एल फिफ़्टी एट लैंडिंग क्राफ्ट यूटिलिटी एलसी यू फुल फॉर्म है इंडियन नेवी आई एन फॉर्म है और एल फिफ्टी एट शिप का नाम है के वीआईसी खादी एंड विलेज इंडस्ट्रीज कमीशन द्वारा आई टी बी पी दई टी बी पी केगरीमेंट साइन किया गया टू सप्लाई एक पॉइंट बहत्तर वन पॉइंट सैवनटी टू लैख कॉटन ड्यूटीज हर साल प्रोवाइड की जाएगी तो अलावा दोनों के फैक्ट्स इंपोर्टेंट बन गए पूछे जा सकते हैं नेक्स्ट है बैंकिंग बैंकिंग रिलेटिड कुछ न्यूज़ ने तो आई डी बी आई बैंक आई डी बी आई बैंक द्वारा वीडियो के वाई सी ओपनिंग अकाउंट फैसिलिटी रीसेंटली लॉन्च किया गया है, हैडकुआटर मुंबई महाराष्ट्र के बैंक ऑफ बड़ौदा द्वारा रीसेंटली वटसएप बैंकिंग फ्यूचर वट्सएप बैंकिंग फीचर लॉन्च किया गया फर्स्ट बैंक वट्सएप बैंकिंग वाला शुरू किया गया आई सी आई सी आई बैंक बनेगा याद रखा बैंक ऑफ बड़ौदा का बड़ौदरा गुजरात के एन पी सी आई एन पी सी आई द्वारा गए नो ट्रांजैक्शन चार्जेस, कि ट्रांजैक्शन चार्जेस नहीं होंगे यू पी आई फ्रॉम एक जनवरी दो हज़ार इक्की इंश्योरेंस रेगुलेटरी एंड डेवलपमेंट अथॉरिटी ऑफ इंडिया आई आर डी ए आई आई आर डी ए आई द्वारा एक होम होम इंश्योरेंस पॉलिसी शुरू की गई है भारत ग्रह रक्षा भारत ग्रह रक्षा इसके अलावा इसके फैक्ट्स भी इंपोर्टेंट बन गए है ਐਗਰੀਮੈਂਟਸ ਐਗਰੀਮੈਂਟਸ ਵੱਲ ਚੱਲਦੇ ਆ ਤਾਂ ਸਭ ਤੋਂ ਪਹਿਲੇ ਇੰਡੀਆ ਔਰ ਏਡੀਬੀ ਦੁਆਰਾ 231 ਮਿਲੀਅਨ ਦਾ ਐਗਰੀਮੈਂਟ ਅਸਮ ਦੇ ਲਈ ਅਸਮ ਦੇ ਵਿੱਚ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਦੇ ਲਈ ਇੰਡੀਆ ਔਰ ਏਡੀਬੀ ਦੁਆਰਾ ਹੀ 10 ਮਿਲੀਅਨ ਦਾ ਐਗਰੀਮੈਂਟ ਇਸ ਦੇ ਲਈ ਹਾਰਟੀਕਲਚਰ ਨੂੰ ਐਕਸਪੈਂਡ ਕਰਨ ਦੇ ਲਈ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਰਟੀਕਲਚਰ ਨੂੰ ਐਕਸਪੈਂਡ ਕਰਨ ਦੇ ਲਈ ਨੈਕਸਟ ਜਪਾਨ ਜਪਾਨ ਦੁਆਰਾ ਅਨਾਉਂਸ ਕੀਤਾ ਗਿਆ ਕਿ 5 ਆਈਜ਼ ਗਰੁੱਪ ਨੂੰ फाइव आइज ग्रुप में जापान ज्वाइन करना चाहता है अगर ज्वाइन करेगा तो फस्ट फस्ट नॉन इंग्लिश कंट्री बनेगी इस मैंबर बनने वाली याद रखा फाइव आइज ग्रुप एक स्पाई spy ग्रुप है यू एस ए कैनेडा यूके ऑसट्रेली और न्यूजीलैंड कंट्रीज इस देंबर ने नैक्स्ट ट्राईफैड ट्राइफैड द्वारा एमओ यू साइन किया गया अखल भारतीय। वनवासी कल्याण आश्रम के न अखल भारती वनवासी कल्याण आश्रम ਦੇ ਨਾਲ ਫॉर ਸੈਟਿੰਗ ਅਪ ਆਫ ਟ੍ਰਾਈਫਾਈਡ ਪਾਰਕਸ ਟ੍ਰਾਈਫਾਈਡ ਪਾਰਕਸ ਬਣਾਉਣ ਦੇ ਲਈ ਐਮਪੀ ਦੇ ਵਿੱਚ ਇੰਡੀਆ ਸਾਈਨਡ ਐਗਰੀਮੈਂਟ ਆਫ ਯੂਐਸਟੀ 646 ਮਿਲੀਅਨ ਏਡੀਬੀ ਦੇ ਨਾਲ ਐਗਰੀਮੈਂਟ ਡਿਸਕਸ ਕੀਤੇ ਸਿਮਿਲਰ ਤਰੀਕੇ ਨਾਲ ਐਨਡੀਬੀ ਦੇ ਨਾਲ ਨਿਊ ਡਵੈਲਪਮੈਂਟ ਬੈਂਕ ਦੇ ਨਾਲ ਆਂਧਰਾ ਪ੍ਰਦੇਸ਼ ਦੇ ਲਈ ਆਂਧਰਾ ਪ੍ਰਦੇਸ਼ ਦੇ ਲਈ ਰੋਡ ਇੰਪਰੂਵਮੈਂਟ ਦੇ ਲਈ ਬੇਸਿਕਲੀ ਪੂਰੀ ਡਿਟੇਲ ਇਹ ਲਿਖੀ ਹੋਈ ਆ ਥੀ ਕਿ ਰੋਡ ਇੰਪਰੂਵਮੈਂਟ ਪ੍ਰੋਜੈਕਟਸ ਦੇ ਲਈ एग्रीमेंट साइन किया गया सिमिलर तरीके एग्रीमेंट साइन किया गया वर्ल्ड बैंक वर्ल्ड बैंक के वाटर ट्रांसपोर्ट इंफ्रास्ट्रक्चर के लिए वॉटर ट्रांसपोर्ट इंफ्रास्ट्रक्चर के लिए कितने कोलकाता वैसट बेंगोल्च कोलकाता वैसट बेंगोल्ब टाटा पावर टाटा पावर द्वारा एमओ साइन किया गया सिडबी दे सबी दे Tata Power ਕੀ ਕਹਿ ਰਹੀ ਹੈ ਕਿ ਅਸੀਂ ਫਾਈਨੈਂਸ ਪ੍ਰੋਵਾਈਡ ਕਰਾਂਗੇ MSME ਸੈਕਟਰ ਦੇ ਲਈ MSME ਸੈਕਟਰ ਦੇ ਵਿੱਚ ਰੂਫਟਾਪ ਸੋਲਰ ਸੈਗਮੈਂਟ ਦੇ ਵਿੱਚ ਰੂਫਟਾਪ ਸੋਲਰ ਸੈਗਮੈਂਟ ਦੇ ਵਿੱਚ ਵੀਅਤਨਾਮ ਵੀਅਤਨਾਮ ਕੈਪੀਟਲ ਹਾਨੋਈ ਹੈ ਕਰੰਸੀ ਡੋਂਗ ਹੈ ਵੀਅਤਨਾਮ ਦੇ ਨਾਲ ਇੰਡੀਆ ਨੇ ਐਗਰੀਮੈਂਟ ਸਾਈਨ ਕੀਤਾ ਹੈ ਕਿ ਇੰਡੀਆ ਵੀਅਤਨਾਮ ਨੂੰ ਰਾਈਸ ਪ੍ਰੋਵਾਈਡ ਕਰੇ ਰਾਈਸ ਖਰੀਦਿਆ ਗਿਆ ਇੰਡੀਆ ਤੋਂ ਵੀਅਤਨਾਮ ਨੂੰ ਟਕਰੀਬਨ 10 ਸਾਲਾਂ ਬਾਅਦ ਫੋਨਪੇ फोन पे डिजिटल प्लेटफॉर्म है जिसने टर्म इंश्योरेंस प्लैनज़ शुरू किए ने हैं आईसीआईसी प्रोडेंशियल लाइफ इंश्योरेंस के नाम मिलके आईसीआईसी प्रोडेंशियल लाइफ इंश्योरेंस के नाल इंशोरेंस मिलकर नैक्सट साउथ अफ्रीका साउथ अफ्रीका द्वारा डेढ़ मिलियन डोजिज़ बाय किए गए ने कोविड नाइनटीन वैक्सीन के कितों सीरम इंस्टीट्यूट ऑफ इंडिया एग्रीमेंट साइन किया गया सीरम इंस्टीट्यूट ऑफ इंडिया का साउथ अफ्रीका अफरीका ਇੰਡੀਆ ਦੁਆਰਾ 44.13 ਮਿਲੀਅਨ ਨੇਪਾਲੀ ਰੁਪੀਏ ਦਿੱ 44.13 ਮਿਲੀਅਨ ਨੇਪਾਲੀ ਰੁਪੀਏ ਦੀ ਗ੍ਰਾਂਟ ਅਨਾਉਂਸ ਕੀਤੀ ਗਈ ਹੈ ਕਿਸ ਦੇ ਲਈ ਨੇਪਾਲ ਦੇ ਵਿੱਚ ਇੱਕ ਸਕੂਲ ਇੱਕ ਸਕੂਲ ਦੀ ਲੈਬ ਔਰ ਲਾਇਬ੍ਰੇਰੀ ਬਿਲਡਿੰਗ ਬਣਾਉਣ ਲਈ ਕਿੱਥੇ ਬਣੀ ਜਾਏਗੀ ਹੁਮਲਾ ਨੇਪਾਲ ਹੁਮਲਾ ਨੇਪਾਲ ਦੇ ਵਿੱਚ ਇੰਡੀਆ ਦੁਆਰਾ ਹੀ ਐਗਰੀਮੈਂਟ ਸਾਈਨ ਕੀਤਾ ਗਿਆ ਸਪੈਸੀਫਾਈਡ ਸਕਿਲਡ ਵਰਕਰ ਸਪੈਸੀਫਾਈਡ ਸਕਿਲਡ ਵਰਕਰ ਐਗਰੀਮੈਂਟ ਇੰਡੀਆ ਨੇ ਨੇਪਾਲ ਦੇ ਨਾਲ ਸੋਰੀ ਜਾਪਾਨ ਦੇ ਨਾਲ ਜਾਪਾਨ ਦੇ ਨਾਲ ਸਾਈਨ ਕੀਤਾ ਹੈ ਜਾਪਾਨ ਦੇ ਵਿੱਚ ਇੰਡੀਅਨ ਸਕਿਲਡ ਵਰਕਰਸ ਨੂੰ ਭੇਜਿਆ ਜਾਏਗਾ ਕੰਮ ਕਰਨ ਦੇ ਲਈ ਨੈਕਸਟ ਹੈ ਇੰਪੋਰਟੈਂਟ ਬੁਕਸ ਬੁਕਸ ਦੇ ਵਿੱਚ ਸਭ ਤੋਂ ਪਹਿਲੇ ਹੋਮ ਮਿਨਿਸਟਰ ਅਮਿਤ ਸ਼ਾਹ ਦੁਆਰਾ ਨੈਸ਼ਨਲ ਪੁਲਿਸ ਕੇ 9 ਜਰਨਲ ਲਾਂਚ ਕੀਤਾ ਗਿਆ ਹਿੰਦੀ ਔਰ ਇੰਗਲਿਸ਼ ਦੇ ਵਿੱਚ ਨੈਕਸਟ ਹੈ ਵਜਾਹਤ ਹਬੀਬੁੱਲਾ ਵਜਾਹਤ ਹਬੀਬੁੱਲਾ ਦੁਆਰਾ ਮਾਈ ਟੀਅਰਸ ਵਿਦ ਰਾਜੀਵ 트ੰਪ ਐਂਡ ਟ੍ਰੈਜੇਡੀ ਮਾਈ ਇਅਰਸ ਟੀਅਰਸ ਵਿਦ ਰਾਜੀਵ 트럼ਪ ਐਂਡ ਟ੍ਰੈਜੇਡੀ ਇਸ ਬੁੱਕ ਨੂੰ ਲਾਂਚ ਕੀਤਾ ਗਿਆ ਵਜਾਹਤ ਹਾਬੀਬੁੱਲਾ ਦੁਆਰਾ ਆਟੋ ਬਾਇਓਗ੍ਰਾਫੀ ਦੇ ਵਿੱਚ ਫਾਰਮਰ ਪ੍ਰੈਜ਼ੀਡੈਂਟ ਪ੍ਰਨਮ ਮੁਖਰਜੀ ਦੀ ਆਟੋ ਬਾਇਓਗ੍ਰਾਫੀ ਦ ਪ੍ਰੈਜ਼ੈਂਸ਼ੀਅਲ ইयर्स 2012 ਟੂ 17 ਰਿਲੀਜ਼ ਕੀਤੀ ਗਈ ਹੈ ਇਹ 13ਵੇਂ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਨੂੰ ਔਰ ਇਹਨਾਂ ਨੂੰ ਭਾਰਤ ਰਤਨ ਦਿੱਤਾ ਜਾ ਚੁੱਕਿਆ ਹੈ 2019 ਦੇ ਵਿੱਚ ਠੀਕ ਹੈ ਜੀ ਅੱਛਾ ਬੁੱਕਸ ਦੀ ਅਗਰ ਆਪਾਂ ਗੱਲ ਕਰਦੇ ਹਾਂ Uh, दो या तीन इंपोर्टेंट बुक्स होर ने जो कि आप कल के सैशन के दे डिस्कस करा आर कोशिक, आर कोशिक द्वारा जी बुक लिखी गई है इंडिया सैवंटी वन ईयरस टेस्ट द जर्नी टू ट्रंप इन ऑस्ट्रेलिया आर बी द जनरल मैनेजर आर गिरीधर द्वारा जी बुक लिखी गई बुक का नाम है रइट अंडर आवर नोज इट इज़ हिज़ डेब्यू बुक बुक का नाम है राइट अंडर आवर नोज राइट अंडर अवर नॉज इन्ही पहली बुक है आर गिरी धरन दी अनुराधा घोष अनुराधा घोष द्वारा बुक लिखी गई है द आफ्टर लाइफ ऑफ साइलेंस स्टिल लाइवस ऑफ जोगन चौधरी द आफ्टर लाइफ ऑफ साइलेंस स्टिल लाइवस ऑफ जोगन चौधरी नेक्स्ट है अवार्ड्स इस वीक दे विच अगर अवार्ड्स की गल करते हैं काफ़ी इंपोर्टेंट अवार्ड्स आप डिस्कस कर चुके हैं तो मदर टेरेसा मेमोरियल अवार्ड मदर टेरेसा मेमोरियल अवार्ड है जरा ਇਹ ਇੰਪੋਰਟੈਂਟ ਲੋਕਾਂ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਇੰਡੀਅਨ ਪਰਸਨਸ ਵੀ ਨੇ ਇੰਡੀਅਨ ਪਰਸਨਸ ਨੇ ਨਾਮ ਡਿਸਕਸ ਕਰਦੇ ਆ ਇਸ ਤੋਂ ਇਲਾਵਾ ਸਭ ਤੋਂ ਪਹਿਲੇ ਐਂਥੋਨੀ ਫੋਸੀ ਯਾਦ ਰੱਖਾਂਗੇ ਯੂਐਸਏ ਦੇ ਫੈਬਿਓ ਫੈਬਿਓ ਸਟੀਵਨਜ਼ੀ ਇਟਲੀ ਦੇ ਇਸ ਤੋਂ ਇਲਾਵਾ ਇੰਡੀਅਨ ਪਰਸਨਸ ਦੀ ਗੱਲ ਕਰਦੇ ਹਾਂ ਪ੍ਰਦੀਪ ਕੁਮਾਰ ਚੇਨਈ ਦੇ ਸੰਜੇ ਪਾਂਡੇ ਜੋ ਕਿ ਡਾਇਰੈਕਟਰ ਜਨਰਲ ਨੇ ਹੋਮਗਾਰਡ ਮਹਾਰਾਸ਼ਟਰ ਦੇ ਇਸ ਤੋਂ ਇਲਾਵਾ ਵਿਕਾਸ ਖੰਨਾ ਸ਼ੈਫ ਨੇ ਕੇਕੇ ਸ਼ਲਜਾ ਕੇਰਲਾ ਦੇ ਹੈਲਥ ਮਿਨਿਸਟਰ ਨੇ ਇਹਨਾਂ ਨੂੰ ਅਵਾਰਡ ਦਿੱਤੇ ਗਏ ਨੇ ਡਾਕਟਰ ਰਗੂਰਾ ਡਾਕਟਰ ਰਗੂਰਾਮ ਨੇ ਜਿਹੜੇ ਇਹਨਾਂ ਨੂੰ ਸੈਕੰਡ ਹਾਈਐਸਟ ਆਨਰ ਦਿੱਤਾ ਗਿਆ ਬ੍ਰਿਟਿਸ਼ ਐਮਪਾਇਰ ਦਾ ਆਫੀਸਰ ਆਫ ਦਾ ਮੋਸਟ ਐਕਸਲੈਂਟ ਆਰਡਰ ਆਫ ਦਾ ਬ੍ਰਿਟਿਸ਼ ਐਮਪਾਇਰ ਨੈਕਸਟ ਹੈ ਬ੍ਰਿਟੇਨ ਦੇ ਫਾਰਮੂਲਾ 1 ਮਰਸੀਡੀਜ਼ ਕਾਰ ਰੇਸਰ ਲੂਈਸ ਹੈਮਿਲਟਨ ਲੂਈਸ ਹੈਮਿਲਟਨ ਦਾ ਨਾਮ ਹਰ ਇੱਕ ਨੇ ਸੁਣਿਆ ਹੋਵੇਗਾ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਨਾਈਟਹੁਡ ਇਨ ਦਾ यूके न्यू इयर्स ऑनर लिस्ट नाइटहुड अवार्ड किन्ना नु ਦਿੱਤਾ ਗਿਆ 2020 ਦਾ लुइस ਹੈਮਲਟਨ ਜਨਰਲ ਐਮ ਐਮ ਨਰਵਾਨੇ ਜਨਰਲ ਮਨੋਜ ਮੁਕੁਲ ਨਰਵਾਨੇ ਜੋ ਕਿ ਇੰਡੀਆ ਦੇ ਆਰਮੀ ਚੀਫ ਨੇ ਇਹਨਾਂ ਨੂੰ ਗਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਸਾਊਥ ਕੋਰੀਆ ਦੇ ਸਾਊਥ ਕੋਰੀਆ ਦੇ ਗਾਰਡ ਆਫ ਆਨਰ ਦੇ ਨਾਲ ਸਨਮਾਨਿਤ ਕੀਤਾ ਗਿਆ ਵਰਲਡ ਮੈਟੇਰੋਲੋਜੀਕਲ ਆਪਰੇਸ਼ਨ WMO ਵਰਲਡ ਮੈਟੇਰੋਲੋਜੀਕਲ ਆਪਰੇਸ਼ਨ ਜਿਨੀਵਾ ਸਵਿਟਜ਼ਰਲੈਂਡ ਦੇ ਵਿੱਚ हैडकुआटर है इन्होंने सेंटिनल ऑबजरविंग स्टेशन सेंट्रल सेंटिनल द दी पदवी कह दी है पटना पटना मेट्रोलॉजिकल ऑब्जर्वेटरी पटना मेट्रोलॉजिकल ऑबजरवेटरी इंटरनेशनल फाइनेंशियल सर्विसेज एट सेंटर अथॉरिटी आई एफ एस सी इंपोर्टेंट बनेगा गांधीनगर गुजरात के ਇਹ ਮੈਂਬਰ ਬਣੀ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਿਕਿਉਰिटीज ਕਮਿਸ਼ਨ ਦੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਿਕਿਉਰिटीज ਕਮਿਸ਼ਨ ਦੀ ਮੈਡਰਿਡ ਸਪੇਨ ਦੇ ਵਿੱਚ ਇਸ ਦਾ ਹੈਡਕ quartਰ ਹੈ ਨੈਕਸਟ ਦਾਦਾ ਸਾਹਿਬ ਫੌਲਕੇ ਅਵਾਰਡ ਸਾਊਥ 2020 ਅਨਾਉਂਸ ਕੀਤੇ ਗਏ ਜਿਸ ਦੇ ਵਿੱਚ ਬੈਸਟ ਫਿਲਮ ਦਾ ਅਵਾਰਡ ਦਿੱਤਾ ਗਿਆ ਟੂ ਲੈਟ ਟੂ ਲੈਟ ਮੂਵੀ ਨੂੰ ਬੈਸਟ ਐਕਟਰ ਦਾ ਅਵਾਰਡ ਧਨੁਸ਼ ਧਨੁਸ਼ ਨੂੰ ਦਿੱਤਾ ਗਿਆ ਅਸੁਰਨ ਮੂਵੀ ਦੇ ਲਈ ਬੈਸਟ ਐਕਟ੍ਰੈਸ ਦਾ ਅਵਾਰਡ ਜੋਇਤਿਕਾ ਜੋਇਤਿਕਾ ਨੂੰ ਦਿੱਤਾ ਗਿਆ ਰਾਤ ਚਾਸੀ ਮੂਵੀ ਦੇ ਲਈ ਔਰ ਬੈਸਟ ਡਾਇਰੈਕਟਰ ਦਾ ਅਵਾਰਡ ਦਿੱਤਾ ਆਰ 파ਰਥੀਪੀਨ ਆਰ 파ਰਥੀਪੀਨ ਦੁਆਰਾ ਔਨਥਾ ਔਨਥਾ ਸਿਰੂਪਾ ਮੂਵੀ ਦੇ ਲਈ ਪਾਕਿਸਤਾਨ ক্রিকেট ਬੋਰਡ ਦੁਆਰਾ ਪਾਕਿਸਤਾਨ ক্রিকেট ਬੋਰਡ ਦੁਆਰਾ ਆਪਣੇ ਐਨੂਅਲ ਅਵਾਰਡਸ ਅਨਾਉਂਸ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਨਾਮ ਇੰਪੋਰਟੈਂਟ ਬਣ ਗਏ ਮੁਹੰਮਦ ਰਿਜ਼ਵਾਨ ਦਾ ਨਾਮ ਮੁਹੰਮਦ ਰਿਜ਼ਵਾਨ ਟੈਸਟ ਕ੍ਰਿਕਟਰ ਆਫ ਦਾ ਈਅਰ ਫੀਮੇਲ ਕ੍ਰਿਕਟਰ आलिया ਰਿਆਜ਼ आलिया ਰਿਆਜ਼ ਊਮਨ ਕ੍ਰਿਕਟਰ ਆਫ ਦਾ ਇਅਰ ਔਰ ਬਾਬਰ ਆਜ਼ਮ ਬਾਬਰ ਆਜ਼ਮ ਨੂੰ ਮੋਸਟ ਵੈਲਿਊਏਬਲ ਕ੍ਰਿਕਟਰ ਆਫ ਦਾ ਇਅਰ ਨਾਮਿਤ ਕੀਤਾ ਗਿਆ ਨੈਕਸਟ ਹੈ ਭੋਪਾਲ ਭੋਪਾਲ ਬੇਸਡ ਅਭਿਨਵ ਕਲਾ ਪਰਿਸ਼ਦ ਅਪਾ ਡਿਸਕਸ ਕੀਤਾ ਸੀ ਤਾਨਸੇਨ ਫੈਸਟੀਵਲ ਦੇ ਬਾਰੇ ਤਾਨਸੇਨ ਫੈਸਟੀਵਲ ਦੇ ਬਾਰੇ ਅਪਾ ਡਿਸਕਸ ਕੀਤਾ ਸੀ ਉਸੇ ਦੇ ਵਿੱਚ ਰਾਜਾ ਮਾਨ ਸਿੰਘ ਰਾਜਾ ਮਾਨ ਸਿੰਘ ਟੋਮਰ ਅਵਾਰਡ ਹੈ ਜਿਹੜਾ ਇਹ ਦਿੱਤਾ ਗਿਆ ਇਹ ਦਿੱਤਾ ਗਿਆ ਭੋਪਾਲ ਦੇ ਇੱਕ अभिनव ਕਲਾ ਪਰਿਸ਼ਦ ਨੂੰ ਭੋਪਾਲ ਦੇ अभिनव ਕਲਾ ਪਰਿਸ਼ਦ ਡੈਨਮਾਰਕ ਦੀ ਓਸਕਰ ਨੋਮੀਨੀ ਮੂਵੀ ਹੈ ਅਨਦਰ ਰਾਉਂਡ ਅਨਦਰ ਰਾਉਂਡ ਮੂਵੀ ਹੈ ਜਿਹੜੀ ਜਿਸ ਨੂੰ ਡਾਇਰੈਕਟ ਕੀਤਾ ਗਿਆ ਥੋਮਸ ਵਿਂਟਰਬਰਗ ਦੁਆਰਾ ਇਹ ਓਪਨਿੰਗ ਮੂਵੀ ਰਹੇਗੀ 51st ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੇ ਵਿੱਚ ਇਸੇ ਤਰੀਕੇ ਨਾਲ ਵਾਈਫ ਆਫ ਅ ਸਪਾਈ ਜੋ ਕਿ ਜਪਾਨੀਜ਼ ਮੂਵੀ ਹੈ ਡਾਇਰੈਕਟਰ ਕਿਯੋਸ਼ੀ குரு 사ਵਾ ਨੇ ਇਹ ਰਹੇਗੀ ক্লোজিং মুਵੀ اور ਮਹਿਰੂ ਨੀਸਾ ਮਹਿਰੂ ਨੀਸਾ ਡਾਇਰੈਕਟਰ ਸੰਦੀਪ ਕੁਮਾਰ ਇੰਡੀਅਨ মুਵੀ ਇਹ ਰਹੇਗੀ ਪ੍ਰੀਮੀਅਰਡ ਇਨ ਮਿਡਫੈਸਟ 63rd ਐਡੀਸ਼ਨ ਆਫ ਗ੍ਰੈਮੀ ਅਵਾਰਡਸ ਗ੍ਰੈਮੀ ਅਵਾਰਡਸ ਦਾ 63rd ਐਡੀਸ਼ਨ ਆਰਗੇਨਾਈਜ਼ ਕੀਤਾ ਜਾਣਾ ਲਾਸ ਐਂਜਲਸ ਯੂ ਐਸ ਏ ਦੇ ਵਿੱਚ ਇਸ ਨੂੰ ਕੋਵਿਡ 19 ਦੇ ਕਰਕੇ ਪੋਸਟਪੋਨ ਕੀਤਾ ਗਿਆ ਨੈਕਸਟ ਚਲਦੇ ਹਾਂ ਇੰਪੋਰਟੈਂਟ ਡੇਸ ਦੇ ਵੱਲ ਡੇਸ ਦੇ ਵਿੱਚ ਸਭ ਤੋਂ ਪਹਿਲੇ ਫੈਮਿਲੀ ਗਲੋਬਲ ਫੈਮਿਲੀ ਡੇ 1 ਜਨਵਰੀ ਨੂੰ ਅਬਜ਼ਰਵ ਕੀਤਾ ਗਿਆ ਪਹਿਲੀ ਵਾਰ ਸੰਨ 2000 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਸੂਤਰਾਬਾਈ ਫੂਲੇ ਇਹਨਾਂ ਦੀ 190ਵੀਂ ਬਰਥ ਐਨੀਵਰਸਰੀ ਅਬਜ਼ਰਵ ਕੀਤੀ ਗਈ 3 ਜਨਵਰੀ ਨੂੰ ਇੰਡੀਆ ਦੇ ਫਰਸਟ ਫੀਮੇਲ ਸਕੂਲ ਟੀਚਰ ਸੀ वर्ल्ड ਬ੍ਰੇਲ ਡੇ 4 ਜਨਵਰੀ ਨੂੰ ਅਬਜ਼ਰਵ ਕੀਤਾ ਗਿਆ ਲੂਈਸ ਬ੍ਰੇਲ ਦੀ ਬਰਥ ਐਨੀਵਰਸਰੀ ਜਿਨ੍ਹਾਂ ਦੁਆਰਾ ਬ੍ਰੇਲ ਲੈਂਗੁਏਜ 1824 ਦੇ ਵਿੱਚ ਬਣਾਈ ਗਈ ਸੀ ब्यूरो ऑफ इंडियन स्टैंडर्ड ब्यूरो ऑफ इंडियन स्टैंडर्ड द्वारा सेवेंटी फोर्थ फाउंडेशन डे ऑब्जर्व किया गया सिक्स जनवरी टू थाउज ट्वेंटी वन सिक्स जनवरी वर्ल्ड डे ऑफ ऑरफन वार ऑरफन डे वर्ल्ड डे ऑफ वॉर ऑरफन डे भी ऑब्जर्व किया गया सिक्स जनवरी ही मराठी मराठी जर्नलिज्म डे भी ओबजर्व किया गया महाराष्ट्र द्वारा ਕਿਉਂਕਿ ਇਸੇ ਦਿਨ 1832 ਦੇ ਵਿੱਚ ਬਾਦ ਸ਼ਾਸਤਰੀ ਜਾਂਬੇਕਰ ਜੋ ਕਿ ਫਾਦਰ ਆਫ ਮਰਾਠੀ ਜਰਨਲਿਜ਼ਮ ਦੇ ਨਾਲ ਜਾਣੇ ਜਾਂਦੇ ਨੇ ਇਹਨਾਂ ਦੁਆਰਾ ਮਰਾਠੀ ਪਹਿਲਾ ਨਿਊਜ਼ਪੇਪਰ ਦਰਪਣ ਪਹਿਲਾ ਮਰਾਠੀ ਨਿਊਜ਼ਪੇਪਰ ਦਰਪਣ ਲਾਂਚ ਕੀਤਾ ਗਿਆ ਸੀ। ਯੂਪੀ ਦੇ ਚੀਫ ਮਿੰਸਟਰ ਯੋਗੀ ਅਦਿੱਤਿਆਨਾ ਦੁਆਰਾ ਯੂਪੀ ਦਾ ਜਿਹੜਾ ਫਾਊਂਡੇਸ਼ਨ ਡੇ ਹੈ ਅਨਾਉਂਸ ਕੀਤਾ ਗਿਆ ਫਾਰਮੇਸ਼ਨ ਡੇ ਲਖਨਊ ਔਰ ਨੋਇਡਾ ਦੇ ਵਿੱਚ ਆਰਗੇਨਾਈਜ਼ ਕੀਤਾ ਜਾਏਗਾ। ਕਦੋਂ ਹੈ ਫਾਊਂਡੇਸ਼ਨ ਡੇ 24 ਜਨਵਰੀ ਨੂੰ ਕਿੰਨਾ ਹੈ 71 1950 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ। ਵੈਸਟ ਬੰਗਾਲ ਸਰਕਾਰ ਦੁਆਰਾ ਅਨਾਉਂਸ ਕੀਤਾ ਗਿਆ ਦੇਸ਼ ਨਾਇਕ ਦਿਵਸ ਕਿ 23 ਜਨਵਰੀ ਨੂੰ ਦੇਸ਼ ਨਾਇਕ ਦਿਵਸ ਆਬਜ਼ਰਵ ਕੀਤਾ ਜਾਏਗਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਬਰਥ ਐਨੀਵਰਸਰੀ ਨੂੰ ਆਬਜ਼ਰਵ ਕਰਨ ਦੇ ਲਈ ਨੈਕਸਟ ਹੈ ਅਪਾਇੰਟਮੈਂਟਸ ਅਪਾਇੰਟਮੈਂਟਸ ਦੇ ਵਿੱਚ ਸ਼ਾਂਤਨੂ ਦਿਆਲ ਅਪਾਇੰਟ ਕੀਤੇ ਗਏ ਨੇ ਡਿਪਟੀ ਚੀਫ ਆਫ ਆਰਮੀ ਸਟਾਫ ਸੁਨੀਤ ਸ਼ਰਮਾ ਨਵੇਂ ਸੀਈਓ ਔਰ ਚੇਅਰਮੈਨ ਰੇਲਵੇ ਬੋਰਡ ਦੇ सुबोध कुमार जैसवाल डायरेक्टर जनरल ऑफ सीआईएसएफ सीआईएसएफ सोमा मंडल फर्स्ट फीमेल चेयरमैन ऑफ सेल सेल दे पहले फीमेल चेयरमैन इंडियन आर्मी द्वारा एक ह्यूमन राइट सेल बनाया गया ह्यूमन राइट सेल जिस दे विच जिस दे विच ह्यूमन राइट सेल किन्ना दे लिए ताकि डिस्टर्बड एरियाज दे विच इना दी फंक्शनिंग नु ट्रांसपेरेंट करन दे, दे लिए ਇਸ ਦੇ ਹੈੱਡ ਪਹਿਲੇ ਹੈੱਡ ਅਪਾਇੰਟ ਕੀਤੇ ਗਏ ਨੇ ਮੇਜਰ ਜਨਰਲ ਗੋਤਮ ਚੋਹਾਂ ਮੇਜਰ ਜਨਰਲ ਗੋਤਮ ਚੋਹਾਂ ਨੈਕਸਟ ਇੰਡੀਆ ਦੁਆਰਾ ਇੰਡੀਆ ਦੁਆਰਾ 2 ਸਾਲ ਦੀ ਟਰਮ ਸ਼ੁਰੂ ਕੀਤੀ ਗਈ ਹੈ ਯਾਨੀ ਕਿ ਇੰਡੀਆ ਨੂੰ 8ਵੀਂ ਵਾਰ ਇਲੈਕਟ ਕੀਤਾ ਗਿਆ ਸੀ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਦੇ ਵਿੱਚ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਦੇ ਵਿੱਚ ਬੇਸਿਕਲੀ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਲੇਟਰ ਇੱਕ ਹੋਰ ਇੰਪੋਰਟੈਂਟ ਨਿਊਜ਼ ਹੈ ਬੇਸਿਕਲੀ ਇਸ ਇਟ ਅਗੇ ਡਿਫਰੈਂਟ ਕਮੇਟੀਆਂ ਨੇ ਸਬ ਕਮੇਟੀਆਂ ਜਿਸ ਦੇ ਹੈੱਡ ਦੇ ਤੌਰ ਤੇ ਇੰਡੀਆ ਨੂੰ ਅਪਾਇੰਟ ਕੀਤਾ ਗਿਆ ਹੈ ਕੱਲ ਦੇ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ ਠੀਕ ਹੈ ਜੀ ਇਸ ਤੋਂ ਇਲਾਵਾ ਯਾਦ ਰੱਖਾਂਗੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਇੰਡੀਆ ਅਗਸਟ 2021 ਦੇ ਵਿੱਚ ਬਣੇਗਾ ਇੰਡੀਆ ਬਿਕਮਸ ਕੋ-ਚੇਅਰ ਆਫ ਏਸ਼ੀਆ ਪ੍ਰੋਟੈਕਟਿਡ ਏਰੀਆਜ਼ ਪਾਰਟਨਰਸ਼ਿਪ ਏਸ਼ੀਆ ਪ੍ਰੋਟੈਕਟਿਡ ਏਰੀਆਜ਼ ਪਾਰਟਨਰਸ਼ਿਪ ਜਿਹੜਾ ਗਰੁੱਪ ਹੈ ਇਸ ਦੀ ਵਾਈਸ ਪ੍ਰੈਜ਼ੀਡੈਂਸੀ ਕਹਾਂਗੇ ਜਾਂ ਕੋ-ਚੇਅਰ ਕੌਣ ਕਰ ਰਿਹਾ ਹੈ ਇੰਡੀਆ ਕਰ ਰਿਹਾ ਹੈ ਤਿੰਨ ਸਾਲਾਂ ਦੇ ਲਈ ਕਿਹਨੂੰ ਰਿਪਲੇਸ ਕਰਕੇ ਸਾਊਥ ਕੋਰੀਆ ਨੂੰ ठीक है जी तो इसका जो चेयरमैन होंगे बेसिकली यानी कि चेयर कौन करता है आई यू सी एन करता है यार रखा आई यू सीएन नैक्सट पैबलोसीजर सीजर जो कि अर्जेंटीना तो बिलोंग करते हैंड अपॉइंट किए गए हैं फिफ्टी फस्ट इंटरनेशनल फिल्म फैसटिवल ऑफ इंडिया की ज्यूरी दे ठीक है जिसे कि अवॉर्ड वगैरह सिलेक्ट करने उस ज्यूरी द हैड कौन अपॉइंट किए गए पेबलो सैजर इसी दे बाकी इंपोर्टेंट मेंबर्स की गल कर हैं तो प्रसन्ना विंथनागे श्रीलंका के अबू बाहर शौकी ऑस्ट्रिया के प्रिया दर्शन इंडिया के और रूबीयत हुसैन दे मैंबर दे ने संजय कपूर संजय कपूर प्रेजिडेंट अपॉइंट किए गए ऑल इंडिया चैस फैडरेशन के विद भारत सिंह चौहान रिटेन एज सैक्रटरी इस भारत सिंह चौहान कौन ने सैक्रेटरी ने ऑल इंडिया जेम एंड ज्वेलरी डोमेस्टिक काउंसिल ऑल इंडिया जेम एंड ज्वेलरी डोमेस्टिक काउंसिल ने जोड़े इस चेयरमैन अपॉइंट किए गए आशीष पेठे आशीष पेठे और वाइस चेयरमैन अपॉइंट किया गया संयम मेहरा संयम मेहरा गूगल कलाउड के हेड गूगल कलाउड हैड ने जो इंडिया गूगल कलाउड इंडिया हैड ने जो करण बाजवा इन्हू प्रमोशन दिती Chief of Google, Asia Pacific Cloud Division दी गई है चीफ ऑफ गूगल एशिया पैसिफिक कलाउड डिवीज़न की ਠੀਕ ਹੈ ਯਾਨੀ ਕਿ ਪਹਿਲੇ ਗੂਗਲ ਕਲਾਉਡ ਇੰਡੀਆ ਹੈੱਡ ਸੀਗੇ ਹੁਣ ਗੂਗਲ ਕਲਾਉਡ ਦੇ ਏਸ਼ੀਆ ਪੈਸੀਫਿਕ ਹੈੱਡ ਨੇ ਸੁਦੀਪ ਜੈਨ ਡਿਪਟੀ ਇਲੈਕਸ਼ਨ ਕਮਿਸ਼ਨਰ ਨੇ ਇਹਨਾਂ ਨੂੰ 1 ਸਾਲ ਦੀ ਐਕਸਟੈਂਸ਼ਨ 1 ਸਾਲ ਦੀ ਐਕਸਟੈਂਸ਼ਨ ਪ੍ਰੋਵਾਈਡ ਕੀਤੀ ਗਈ ਰੇਸ਼ਮਾ ਮਰੀਮ ਰੌਏ ਰੇਸ਼ਮਾ ਮਰੀਮ ਰੌਏ 21 ਸਾਲ ਦੇ ਨੇ ਇਹ ਕੇਰਲਾ ਦੇ ਯੰਗੇਸਟ ਪੰਚਾਇਤ ਪ੍ਰੈਜ਼ੀਡੈਂਟ ਬਣੇ ਨੇ ਕੇਰਲਾ ਦੇ ਯੰਗੇਸਟ ਪੰਚਾਇਤ ਪ੍ਰੈਜ਼ੀਡੈਂਟ ਬਣੇ ਨੇ ਰੇਸ਼ਮਾ ਮਰੀਮ ਰੌਏ गवर्नमेंट ऑफ इंडिया द्वारा हाई लैवल ग्रुप बनाया गया जिसके हेड अपॉइंट किए गए राम विनय साही ग्रुप किस बनाया गया साउथ एशिया एनर्जी सिक्योरिटी लिए साउथ एशिया एनर्जी सिक्योरिटी लिए इस ग्रुप ग्रुपू बनाया गया लियोन का लियोन का जो कि गोवा के नेटन चैस ग्रैंड मास्टर बने ने इंडिया के इंडिया के सिक्सटी चेस ग्रैंड मास्टर ਲੀਓਨ ਮੈਂਡੋਨਕਾ ਪ੍ਰੈਜ਼ੀਡੈਂਟ ਇਲੈਕਟ ਜੋ ਬਿਡਨ ਜੋ ਬਿਡਨ ਦੁਆਰਾ ਕੈਥਲੀਨ ਕੈਥਲੀਨ ਹਿਕਸ ਨੂੰ ਡਿਪੀਟੀ ਡਿਫੈਂਸ ਸਕੱਰੇਟਰੀ ਨਾਮਿਤ ਕੀਤਾ ਗਿਆ ਡਿਪੀਟੀ ਡਿਫੈਂਸ ਸਕੱਰੇਟਰੀ ਨਾਮਿਤ ਕੀਤਾ ਗਿਆ ਜੋ ਬਿਡਨ ਦੁਆਰਾ ਇਹ ਪਹਿਲੀ ਔਮਨ ਹੋਣਗੇ ਜੋ ਇਸ ਪੋਸਟ ਦੇ ਉੱਤੇ ਹੋਣਗੇ ਨੈਂਸੀ ਪੈਲੋਸੀ ਇਹਨਾਂ ਨੂੰ ਸਪੀਕਰ ਅਪਾਇੰਟ ਕੀਤਾ ਗਿਆ ਯੂਐਸਏ ਦਾ ਰੀਇਲੈਕਟ ਕੀਤਾ ਗਿਆ ਔਰ ਇਹ ਵੀ ਇਕਲੋਤੇ ਔਮਨ ਨੇ ਜੋ ਕਿ ਸਪੀਕਰ ਨੇ ਯੂਐਸਏ ਹਾਊਸ ਆਫ ਰਿਪ੍ਰੀਜ਼ੈਂਟੇਟਿਵਸ ਦੇ ਆਸਟ੍ਰੇਲੀਅਨ ਕਲੀਅਰ ਪੋਲੋਸੈਕ ਆਸਟ੍ਰੇਲੀਅਨ ਕਲੀਅਰ ਪੋਲੋਸੈਕ ਨੇ ਜਿਹੜੇ ਇਹ ਫਰਸਟ ਔਮਨ ਮੈਚ ਅਫੀਸ਼ੀਅਲ ਬਣੇ ਨੇ ਜੋ ਕਿ ਮੈਨਸ ਟੈਸਟ ਦੇ ਮੈਨਸ ਟੈਸਟ ਦੇ ਵਿੱਚ ਕੰਮ ਕਰ ਰਹੇ ਨੇ ਕਹਾਂਗੇ ਕਿ ਅਫੀਸ਼ੀਅਲ ਬਣਾਏ ਗਏ ਨੇ ਤਾਂ ਕੀ ਬਣਾਏ ਗਏ ਨੇ ਫੋਰਥ ਐਮਪਾਇਰ ਬਣਾਏ ਗਏ ਨੇ ਨੈਕਸਟ ਹੈ ਇੰਡੀਅਨ ਅਮਰੀਕਨ ਰਾਜ ਅਈਅਰ ਇੰਡੀਅਨ ਅਮਰੀਕਨ ਨੇ ਰਾਜ ਅਈਅਰ ਨੇ ਜਿਹੜੇ ਇਹਨਾਂ ਨੂੰ ਇਨਾਂ ਨੂੰ ਕੀ ਕੀਤਾ ਗਿਆ ਇਹ ਫਰਸਟ ਚੀਫ ਇਨਫੋਰਮੇਸ਼ਨ ਅਫੀਸਰ ਪਹਿਲੇ ਸੀਆਈਸੀ ਬਣਾਏ ਗਏ ਨੇ ਯੂਐਸ ਆਰਮੀ ਦੇ ਯੂਐਸ ਆਰਮੀ ਦੇ ਫਰਸਟ ਚੀਫ ਇਨਫੋਰਮੇਸ਼ਨ ਅਫੀਸਰ ਯੂਐਸ ਪ੍ਰੈਜ਼ੀਡੈਂਟ ਇਲੈਕਟ ਜੋ ਬਿਡਨ ਦੁਆਰਾ ਹੀ ਇੰਡੀਅਨ ਅਮਰੀਕਨ ਵਨੀਤਾ ਗੁਪਤਾ ਨੂੰ ਵਨੀਤਾ ਗੁਪਤਾ ਨੂੰ ਅਸੋਸੀਏਟ ਐਟਾਰਨੀ ਜਨਰਲ ਨਾਮਿਤ ਕੀਤਾ ਗਿਆ ਔਰ ਮੈਰਿਕ ਗਾਰਡਲਨ ਨੂੰ ਮੈਰਿਕ ਗਾਰਡਲਨ ਨੂੰ ਐਟਾਰਨੀ ਜਨਰਲ ਨਾਮਿਤ ਕੀਤਾ ਗਿਆ ਇਸ ਤੋਂ ਇਲਾਵਾ ਅਲੈਗਜ਼ੈਂਡਰ ਐਲਿਸ ब्रिटिश हाई कमिश्नर टू इंडिया अपॉइंट किए गए नैक्सट अभिषेक यादव अभिषेक यादव फर्स्ट डिप्टी जनरल सेक्रेटरी अपॉइंट किए गए ऑल इंडिया फुटबॉल फैडरेशन के ऑल इंडिया फुटबॉल फैडरेशन पहले डिप्टी डायरेक्टर्स डिप्टी जनरल सेक्रेटरी सेंट्रल गौरमेंट द्वारा एक कमेटी बनाई गई कमेटी बनाई गई टू फाइंड appropriate solutions to the issues related to language culture and conservation लद्दाख दे लद्दाख दे लिए कमेटी बनाई गई कमेटी दे हेड कौन अपॉइंट किए गए ने जी कृष्णा रेड्डी कौन ने डीपीटी होम मिनिस्टर कह सकते हैं या मिनिस्टर ऑफ स्टेट फॉर होम अफेयर्स इसके अलावा हेल्थ दे विच जॉइंट सेक्रेटरी प्रीति पैंत नु भी एक कमेटी दा हेड अपॉइंट किया गया किस दे लिए टू फाइंडिंग्स द एग्जामिन द फाइंडिंग्स ऑफ ਨੈਸ਼ਨਲ ਫੈਮਿਲੀ ਹੈਲਥ ਸਰਵੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਲਈ ਜਿਹੜੀ ਕਮੇਟੀ ਬਣਾਈ ਗਈ ਕੌਣ ਹੈਡ ਅਪੁਆਇੰਟ ਕੀਤੇ ਗਏ ਨੇ ਪ੍ਰੀਤੀ ਪਾਤ ਗ੍ਰੈਗ ਕਲਾਰਕ ਸਾਊਥ ਅਫਰੀਕਾ ਦੇ ਗ੍ਰੈਗ ਕਲਾਰਕ ਨੂੰ ਐਨਾਲਿਟিক্যাল ਕੋਚ ਅਪੁਆਇੰਟ ਕੀਤਾ ਗਿਆ ਇੰਡੀਅਨ ਮੈਨਜ਼ ਹਾਕੀ ਟੀਮ ਦਾ 2021 ਤੱਕ ਦੇ ਟੋਕੀਓ 올ਿਮਪਿਕਸ ਦੇ ਲਈ ਅਰੂਪ ਕੁਮਾਰ ਗੋਸਵਾਮੀ ਨੂੰ ਚੀਫ ਜਸਟਿਸ ਅਪੁਆਇੰਟ ਕੀਤਾ ਗਿਆ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਸੁਧਾਂਸ਼ੂ ਧੁਲਿਆ ਨੂੰ ਚੀਫ ਜਸਟਿਸ ਅਪਾਇੰਟ ਕੀਤਾ ਗਿਆ ਗੁਹਾਟੀ ਹਾਈ ਕੋਰਟ ਦਾ ਜਤੇਂਦਰ ਕੁਮਾਰ ਮਹੇਸ਼ਵਰੀ ਨੂੰ ਚੀਫ ਜਸਟਿਸ ਅਪਾਇੰਟ ਕੀਤਾ ਗਿਆ ਸਿੱਕੀਮ ਹਾਈ ਕੋਰਟ ਦਾ ਠੀਕ ਹੈ ਬੇਸਿਕਲੀ ਜਿਹੜੀ ਚੀਫ ਜਸਟਿਸ ਦੀ ਗੱਲ ਕਰਦੇ ਆ ਤਾਂ ਕਾਫੀ ਅਗਰ ਗੱਲ ਕਰਦੇ ਤਕਰੀਬਨ 8 ਜਾਂ 10 ਅਪਾਇੰਟਮੈਂਟਸ ਨੇ ਚੀਫ ਜਸਟਿਸ ਦੀਆਂ ਜਿਹੜੀ ਚੇਂਜ ਕੀਤੀਆਂ ਗਈਆਂ ਸੀ ਠੀਕ ਹੈ ਇਹਨਾਂ ਨੂੰ ਆਪਾਂ ਬਾਰੀ-ਬਾਰੀ ਡਿਸਕਸ ਕਰ ਰਹੇ ਹਾਂ ਰੋਜ਼ 2 ਜਾਂ 3-3 ਡਿਸਕਸ ਕਰ ਲੈਣੇ ਆ ਇੱਕ ਕੱਲ ਵੀ ਡਿਸਕਸ ਕਰਾਂਗੇ ਤਾਕੀ ਇਹ इजीली ਯਾਦ ਹੋ ਜਾਣ ਇਕੱਠੀਆਂ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਤਾਂ ਇੱਕ ਇੱਕ ਕਰਕੇ ਇਸ ਨੂੰ ਡਿਸਕਸ ਕਰ ਰਹੇ ਆਪਾਂ ਵਿਰੇਂਦਰ ਕੁਮਾਰ ਪੋਲ ਇੰਡੀਅਨ ਐਮੈਸਡਰ ਟੂ ਸੋਮਾਲੀਆ ਇੰਡੀਅਨ ਐਮਬੈਸਾਡਰ ਟੂ ਸੋਮਾਲੀਆ ਅਪਾਇੰਟ ਕੀਤੇ ਗਏ ਨੇ ਠੀਕ ਹੈ ਜੀ ਕੈਪੀਟਲ ਮੋਗਾਦੀਸ਼ੂ ਹੈ ਸੋਮਾਲੀਆ ਦੀ ਕਰੰਸੀ ਸ਼ੀਲਿੰਗ ਚਲਦੀ ਨੈਕਸਟ ਕੁਝ ਆਬਿਟਿਊਰੀਜ਼ ਨੇ ਆਬਿਟਿਊਰੀਜ਼ ਦੇ ਵਿੱਚ ਸੀਨੀਅਰ ਰਾਜਸਥਾਨ ਕਾਂਗਰਸ ਲੀਡਰ ਔਰ ਫਾਰਮਰ ਐਮਪੀ ਫ্রম ਜਲੌਰ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਸੀ ਨਾਮ ਸੀ ਇਹਨਾਂ ਦਾ ਬੂਟਾ ਸੀ ਨਿਊਜ਼ੀਲੈਂਡ ਦੇ ਕ੍ਰਿਕਟਰ ਨਿਊਜ਼ੀਲੈਂਡ ਦੇ ਕ੍ਰਿਕਟਰ ਜான் ਫਾਲਟਨ ਦੀ ਰੀਸੈਂਟਲੀ ਡੈਥ ਹੋ ਗਈ ਸੀ ਇੱਕ ਹੋਰ ਕਾਂਗਰਸ ਦੇ ਲੀਡਰ ਮਹਾਰਾਸ਼ਟਰ ਦੇ ਮਿਨਿਸਟਰ ਵੀ ਰਹ ਚੁੱਕੇ ਨੇ ਵਿਲਾਸ ਪਾਟਿਲ ਉਦਾਲਕਰ ਇਹਨਾਂ ਦੀ ਵੀ ਰੀਸੈਂਟਲੀ ਡੈਥ ਹੋ ਗਈ ਸੀ ਐਲਨ 버ਗਿਸ ਵਰਲਡ ਦੇ 올ਡੈਸਟ ਫਰਸਟ ਕਲਾਸ ਕ੍ਰਿਕਟਰ ਜੋ ਕਿ ਵਰਲਡ ਵਾਰ 2 ਦੇ ਨਾਲ ਵੀ ਰਿਲੇਟਡ ਨੇ ਨਿਊਜ਼ੀਲੈਂਡ ਤੋਂ ਬਿਲੋਂਗ ਕਰਦੇ ਨੇ ਇਹਨਾਂ ਦੀ 100 ਸਾਲ ਦੀ ਏਜ ਦੇ ਵਿੱਚ ਡੈਥ ਹੋਈ ਹੈ ਇਸ ਤੋਂ ਇਲਾਵਾ ਇੰਡੀਅਨ ਹਾਕੀ ਪਲੇਅਰ ਮਾਈਕਲ ਕਿੰਡੋ ਮਾਈਕਲ ਕਿੰਡੋ ਜੋ ਕਿ 오डिशा ਤੋਂ ਬਿਲੋਂਗ ਕਰਦੇ ਸੀ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ ਇਹ 1975 ਵਰਲਡ ਕੱਪ ਵਿਨਿੰਗ ਟੀਮ ਦੇ ਵੀ ਮੈਂਬਰ ਸੀ ਔਰ ਇਹਨਾਂ ਨੂੰ ਅਰਜੁਨ ਅਵਾਰਡ ਦਿੱਤਾ ਗਿਆ ਸੀ 1972 ਦੇ ਵਿੱਚ ਨੈਕਸਟ ਹੈ ਸਪੋਰਟਸ ਅਵਾਰਡ ਦੇ ਵਿੱਚ ਸਭ ਤੋਂ ਪਹਿਲੇ ਖੇਲੋ ਇੰਡੀਆ ਆਈਸ ਹਾਕੀ ਚੈਂਪੀਅਨਸ਼ਿਪ ਖੇਲੋ ਇੰਡੀਆ ਆਈਸ ਹਾਕੀ ਚੈਂਪੀਅਨਸ਼ਿਪ ਚਿਤਕਨ ਕਾਰਗਿਲ ਦੇ ਵਿੱਚ ਆਰਗੇਨਾਈਜ਼ ਕੀਤੀ ਜਾ ਰਹੀ ਹੈ ਸੈਕੰਡ ਐਡੀਸ਼ਨ ਆਫ ਖੇਲੋ ਇੰਡੀਆ ਵਿంటర్ ਗੇਮਸ ਇਹ ਕਿੱਥੇ ਕਿੱਤੇ ਜਾ ਰਹੇ ਨੇ ਗੁਲਮਰਗ ਜੰਮੂ ਐਂਡ ਕਸ਼ਮੀਰ ਦੇ ਵਿੱਚ ਗੁਲਮਰਗ ਜੰਮੂ ਐਂਡ ਕਸ਼ਮੀਰ ਦੇ ਵਿੱਚ ਆਰਗੇਨਾਈਜ਼ ਕਿੱਤੇ ਜਾਣਗੇ ਡਗਮਾਰਾ ਬਾਸਕੋਵਾ ਡਗਮਾਰਾ ਬਾਸਕੋਵਾ ਸਲੋਵੇਨੀਆ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ 12 ਸਾਲ ਦੇ ਲਈ ਬੈਨ ਕੀਤਾ ਗਿਆ ਟੈਨਿਸ ਤੋਂ ਪੋਰਟਗੇਜ਼ ਫੁੱਟਬਾਲ ਪਲੇਅਰ ਕ੍ਰਿਸਟੀਆਨੋ ਰੋਨਲਡੋ ਦੁਆਰਾ ਸੈਕੰਡ ਹਾਈਐਸਟ ਗੋਲ ਸਕੋਰਰ ਬਣ ਚੁੱਕੇ ਨੇ ਫੁੱਟਬਾਲ ਦੇ ਵਿੱਚ ਸੈਕੰਡ ਹਾਈਐਸਟ ਗੋਲ ਸਕੋਰਰ ਕੌਣ ਬਣੇ ਨੇ ਕ੍ਰਿਸਟੀਆਨੋ ਰੋਨਲਡੋ ਇਨਾਂ ਨੂੰ ਪਿੱਛੇ ਛੱਡ ਕੇ ਪੇਲੇ ਨੂੰ ਪਿੱਛੇ ਛੱਡ ਕੇ ਫਰਸਟ ਤੇ ਕੋਨ ਨੇ ਜੋਸਫ ਬੀਕਨ ਨੇ ਜਿਨ੍ਹਾਂ ਦੇ 759 ਗੋਲਸ ਨੇ ਤੈਮੂਰ ਰੈਡਜਾਬੋ ਤੈਮੂਰ ਰੈਡਜਾਬੋ ਅਜ਼ਰਬੈਜਾਨ ਦੇ ਇਹਨਾਂ ਦੁਆਰਾ ਚੈਸ ਦਾ 에ਅਰ ਥਿੰਗਸ ਮਾਸਟਰ ਟਾਈਟਲ 에ਅਰ ਥਿੰਗਸ ਮਾਸਟਰ ਟਾਈਟਲ ਦਿੱਤਾ ਗਿਆ ਠੀਕ ਹੈ ਜੀ ਯਾ ਰੱਖਾਂਗੇ ਅਸਦੇ ਲਈ ਬਸ ਇਹਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜਰੂਰ ਕਰਦੇ ਰਹੋ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਦਾ ਸੈਸ਼ਨ ਗੁੱਡਬਾਈ